ਤੂੰ ਵੀ ਠੀਕ ਹੈ? ਬਾਬਾ ਮੈਂ ਠੀਕ ਹੀ ਹੋਵਾਂਗੇ ਦੋਵੇਂ। ਗੱਲ ਸੁਣ, ਉਹ ਬੁੱਢੇ ਕਿੱਥੇ ਗਏ ਨੇ? ਉਹ ਬੁੱਢੇ ਉੱਤੇ ਨੇ, ਮੈਂ ਕਿਹਾ ਜੀ ਤੁਸੀਂ ਕੰਮ ਕਰੋ। ਵੱਡੇ ਹੋ ਗਏ ਨਾ, ਮੈਂ ਕੌਣ? ਆਪਣਾ ਆਪਣਾ ਕੰਮ ਤੁਸੀਂ ਆਪ ਕਰੋ। ਪਤਾ ਕੀ, ਇਹ ਤਿੰਨੋਂ ਨਾ ਮੈਨੂੰ ਜ਼ਹਿਰ ਲੱਗਦੇ ਨੇ, ਜ਼ਹਿਰ। ਬੇਵਕੂਫੇ, ਜ਼ਹਿਰ ਤੇ ਮੈਨੂੰ ਵੀ ਲੱਗਦੇ ਨੇ, ਲੇਕਿਨ ਮਜਬੂਰੀ ਹੈ, ਤੇਰੀ ਵਜ੍ਹਾ ਨਾਲ ਇੱਥੇ ਨੌਕਰੀ ਕਰੀ ਸੀ, ਤੂੰ ਨਾ ਆਣਾ ਹੋਵੇ। ਮੈਂ ਤੇ ਕਦੋਂ ਦੀ ਨੌਕਰੀ ਛੱਡ ਕੇ ਇੱਥੇ ਕਿਤੇ ਤੇ ਕਿਤੇ ਤਿੱਤਰ ਬਿੱਤਰ ਹੋਇਆ ਹੁੰਦਾ। ਤੇ ਤੂੰ ਮੇਰੇ ਵਾਸਤੇ ਨੌਕਰੀ ਕਰ ਰਿਹਾ ਇੱਥੇ? ਆਹੋ, ਤੇਰੇ ਲਈ ਕਰਨੀ। ਚੱਲ ਆਇਆ ਵਿਚਾਰਾ ਮੇਰੇ ਵਾਸਤੇ ਨੌਕਰੀ ਕਰਨ ਵਾਲਾ। ਉਹ ਨਾਲੇ ਮੈਨੂੰ ਯਾਦ ਹੈ ਕੀ ਹੈ, ਤੂੰ ਇੱਥੇ ਕੀ ਲੈਣਾ ਈ? ਕਿਉਂ, ਤੈਨੂੰ ਨੀ ਪਤਾ ਬਾਬੇ ਔਰਤਾਂ ਦੇ ਖਿਲਾਫ ਨੇ? ਪਤਾ, ਉਹ ਤੇਢੇ ਔਰਤਾਂ ਦੇ ਖਿਲਾਫ ਹੋ ਗਏ ਨੇ, ਉਹਨਾਂ ਨੇ ਜੰਮ ਕੇ ਸਕੀ ਮਾਂ ਘਰੋਂ ਕੱਢ ਦਿੱਤੀ ਸੀ। ਹੈ? ਹਾਂਜੀ, ਅਖਬਾਰ ਬੰਦ ਕਰਾਤਾ ਉਹਨਾਂ ਨੇ। ਕਿਉਂ? ਇਹਦੇ ਵਿੱਚ ਔਰਤ ਦੀ ਫੋਟੋ ਆਉਂਦੀ ਹੈ, ਬੰਦ ਕਰਾ ਦਿਓ। ਪਤਾ ਵਾ, ਪਤਾ ਮੈਨੂੰ, ਐਵੇਂ ਉਹਨਾਂ ਦੇ ਪਿੱਛੇ ਲੱਗ ਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੀ। ਉਹ ਬੇਵਕੂਫਾ, ਔਰਤ ਦੇ ਬਗੈਰ ਵੀ ਕੋਈ ਜ਼ਿੰਦਗੀ ਹੈ? ਔਰਤ ਦੇ ਦਮ ਨਾਲ ਹੀ ਤਾਂ ਸਾਰੀਆਂ ਬਾਰਾਂ ਨੇ। ਅੱਛਾ, ਤੈਨੂੰ ਪਤਾ ਔਰਤ ਤਾਂ ਹੁੰਦੀ ਤਾਂ ਕੀ ਹੁੰਦਾ? ਕੀ ਹੁੰਦਾ? ਤੂੰ ਵੀ ਨਾ ਹੁੰਦਾ। ਇਹ ਤੇਰੀ ਗਲਤ ਫਹਿਮੀ ਕਿ ਔਰਤ ਨਾ ਹੁੰਦੀ, ਮੈਂ ਵੀ ਨਾ ਹੁੰਦਾ। ਮੈਂ ਹੁੰਦਾ, ਲੇਕਿਨ ਇੱਧਰ ਉੱਧਰ ਹੁੰਦਾ। ਬੇਵਕੂਫੇ, ਜੇ ਔਰਤ ਨਾ ਨਾ ਹੁੰਦੀ, ਕੁਰਾਨ ਦੀ ਕਸਮੇ ਸਿੱਧੇ ਜੰਨਤ ਤੇ ਜਾਂਦੇ। ਇਹ ਤੁਹਾਡਾ ਹੀ ਬੇੜਾ ਤਰਿਆ ਔਰਤਾਂ ਦਾ। ਕੀ ਹੈ ਔਰਤੋ? ਚੰਗਾ ਭਲਾ ਰੋਜ਼ਾ ਰੱਖ ਕੇ ਨਿਕਲੀ ਦੇ, ਤਿੰਨ ਵਜੇ ਮਕਰੂ ਕਰਾ ਦਿੰਦੀਆਂ ਜੇ ਘਰੋਂ ਨਿਕਲੀ ਦੇ। ਭਾਜੀ ਨਮਾਜ਼ ਪੜ੍ਹਨ ਚੱਲੇ ਆ, ਐਸਾ ਮੇਕਅਪ ਕਰਕੇ ਅੱਗੋਂ ਲੰਘਦੀਆਂ ਨੇ, ਰੋਜ਼ਾ ਵੀ ਉੱਥੇ, ਨਮਾਜ਼ ਵੀ, ਤਰਾਵੀਆਂ ਵੀ, ਮਗਰੇ ਟੁਰ ਪਈ ਜਾ, ਇੱਧਰ ਨੂੰ ਗਈ ਆ, ਇੱਧਰ ਨੂੰ ਗਈ ਆ। ਤੇ ਤੁਹਾਨੂੰ ਕੌਣ ਕਹਿੰਦਾ ਤੁਸੀਂ ਇਮਾਨ ਦੇ ਅੱਡੇ ਕਮਜ਼ੋਰ ਬਣੋ? ਇਮਾਨ ਦੇ ਕਮਜ਼ੋਰ ਨਹੀਂ, ਪਾਕਿਸਤਾਨੀਆਂ ਕਿਸੇ ਲਈ ਭੂੰਡੀ ਲਾਉਣ ਨੂੰ ਦਿਲ ਕਰਦਾ? ਭੂੰਡੀ ਭੂੰਡੀ ਬੇਵਕੂਫਾ, ਸਾਡਾ ਮੁਲਕ ਫਸਦਾ ਹੈ ਭੂੰਡੀ ਚ? ਐਵੇਂ ਚਵੜਾ ਨਾ ਮਾਰਿਆ ਕਰ। ਚਵੜਾ ਨਹੀਂ ਮਾਰਿਆ, ਤੂੰ ਯੰਗ ਭੂੰਡ ਵੇਖੇ ਨੇ, ਹਲੇ ਓਲਡ ਭੂੰਡ ਨਹੀਂ ਵੇਖੇ। ਓਲਡ ਭੂੰਡ? ਕਬਰ ਚ ਲੱਤਾਂ, ਮੂੰਹ ਚ ਦੰਦ ਨੀ, ਸਿਰ ਤੇ ਵਾਲ ਨੀ, ਲੇਕਿਨ ਭੂੰਡੀ ਲਾਉਣਾ ਬਾਦ ਨੀ ਆਉਣਾ। ਹੈਂ? ਆਪਣੀ ਬੀਵੀ ਨਾਲ ਦੂਸਰੇ ਦੀ ਤਾੜੀ ਜਾਣੀ ਹੈ? ਅਈ ਵੇਖੀ ਨਾ ਗੌਰ ਨਾਲ ਅੱਖਾਂ ਡੇਲੇ ਕੱਢ ਕੇ। ਆਹੋ, ਤੇ ਇਹੀ ਟਾਈਮ ਜਿਹੜਾ ਔਰਤਾਂ ਦੇ ਪਿੱਛੇ ਲਾਇਆ ਕਰਦੇ ਹੋ, ਇਹੋ ਹੀ ਤੁਸੀਂ ਕਸ਼ਮੀਰ ਲੈਣ ਤੇ ਲਾਇਆ ਹੁੰਦਾ ਨਾ, ਤੁਹਾਨੂੰ ਕਸ਼ਮੀਰ ਤੁਹਾਡਾ ਹੁੰਦਾ। ਤੈਨੂੰ ਕੀ ਪਤਾ, ਤੂੰ ਤਾਂ ਸੁੱਤੀ ਹੁੰਦੀ, ਕਸ਼ਮੀਰ ਲੈਣ ਵੀ ਗਿਆ ਸਾਂ। ਕਿਹੜੇ ਵੇਲੇ ਗਿਆ ਸਾਂ? ਇੱਕ ਵਜੇ। ਹਾਂ, ਨਹੀਂ ਲਿਆ ਗਿਆ ਫੇਰ? ਉਹ ਕਸ਼ਮੀਰ ਹੀ ਹੈਗਾ, ਲੈ ਕੇ ਨਾ 2 ਮੀਲ ਹੋਰ। ਵੇ ਜਾ, ਵੇ ਜਾ, ਔਰਤ ਔਰਤ ਏ। ਉਹ ਕੀ ਔਰਤ? ਕੀ ਇਹ ਔਰਤ ਏ? ਹਾਂ, ਉਹ ਮਰਦ ਮਰਦ ਹੁੰਦਾ ਈ ਬੇਵਕੂਫੇ। ਉਹ ਸੁੱਕਿਆ ਸੜਿਆ ਵੀ ਹੋਵੇ, ਮਰਦ ਕਵੋ ਮੂੰਹ ਭਰਦਾ ਮਰਦ। ਔਰਤ ਕੀ? 1 ਮਿੰਟ ਚ ਹੋ ਗਈ ਔਰਤ, ਚਲੋ ਜੀ ਹੋ ਗਈ ਮਰਦ। ਔਰਤ ਹੁਸਨ ਏ? ਔਰਤ ਹੁਸਨ ਏ ਤੇ ਮਰਦ ਇਸ਼ਕ ਏ। ਇਸ਼ਕ ਨਾ ਹੋਵੇ ਤੁਹਾਨੂੰ ਖੁਸਰਾ ਲਿਪ ਨਾ ਕਰਾਵੇ। ਇਹ ਸਾਡਾ ਹੀ ਕੰਮ ਹੈ, ਮਾਇਆ ਦੇ ਕੱਪੜੇ ਪਾ ਕੇ ਤੁਹਾਡਾ ਪਿੱਛਾ ਕਰੀਦਾ, ਤੁਸੀਂ ਚੋੜ ਹੋਈਆਂ ਜੇ। ਨਹੀਂ ਤੇ 6 ਸੈਕਿੰਡ ਸਟਾਫ ਤੱਕ ਲਵੋ, ਤੁਹਾਨੂੰ ਕੁਛ ਛੇੜੇਗਾ, ਤੁਸੀਂ ਮੂੰਹ ਰੋਕ ਲਓ। 6 ਦਿਨ ਹੋ ਗਿਆ, ਕਿਸੇ ਨੇ ਛੇੜਿਆ ਹੀ ਨਹੀਂ। ਔਰਤ ਸ਼ਾਨ ਏ? ਔਰਤ ਸ਼ਾਨ ਏ ਤੇ ਮਰਦ ਪਠਾਨ ਏ। ਔਰਤ ਬਿਜਲੀ ਏ? ਮਰਦ ਖੰਭਾ ਏ। ਔਰਤ ਭੈਣ ਏ? ਮਰਦ ਬਣਵਈਆ। ਔਰਤ ਜੰਨਤ ਦੀ ਹੂਰ ਏ? ਮਰਦ ਦੋਜ਼ਖ ਦਾ ਲੰਗੂਰ ਏ। ਭਾਵੇਂ ਸਾਡੀ ਬਿਸਤੀ, ਲੇਕਿਨ ਮੈਚ ਪਿਆ। ਤੈਨੂੰ ਪਤਾ ਔਰਤ ਮਾਂ ਵੀ ਏ? ਮਾਂ ਵੀ ਤਾਂ ਕਿਸੇ ਮਰਦ ਨੇ ਬਣਾਇਆ ਕਿ ਆਪੇ ਬਣ ਗਈਆਂ ਜੇ। ਔਰਤ ਹੁਕਮਰਾਨ ਵੀ ਏ? ਔਰਤ ਹੁਕਮਰਾਨ ਏ ਤੇ ਮਰਦ ਸਦਰੇ ਪਾਕਿਸਤਾਨ। ਕੱਢ ਕਿੰਨੀਆਂ ਔਰਤਾਂ ਨੇ ਲਿਆ ਚੌਕ ਚ? ਐਵੇਂ ਸਵੇਰੇ ਸਵੇਰੇ ਨਾ ਮੇਰਾ ਮੱਥਾ ਨਾ ਲੱਗ, ਮੈਂ ਤੈਨੂੰ ਦੱਸਿਆ। ਓ ਸਵੇਰੇ ਸਵੇਰੇ ਕੀ ਤੂੰ ਆਪਣਾ ਗਿਫਟ ਖਰਾਬ ਕਰ ਲਿਆ? ਮੁਕਾਬਲਾ ਕਰਕੇ ਸਾਡੇ ਨਾਲ ਮੁਕਾਬਲਾ ਕਰਦੇ ਹੈ? ਤੂੰ ਮੈਨੂੰ ਗਿਫਟ ਲਿਆ ਕੇ ਦੇਣਾ ਸੀ। ਅੱਜ ਮੈਂ ਤੈਨੂੰ ਸੂਟ ਲਿਆ ਕੇ ਦੇਣਾ ਸੀ। ਤੇ ਤੂੰ ਮੈਨੂੰ ਪਹਿਲੇ ਕਿਉਂ ਨਹੀਂ ਦੱਸਿਆ? ਸੂਟ ਵੀ ਤੈਨੂੰ ਉਹ ਲਿਆ ਕੇ ਦੇਣਾ ਸੀ ਜਿਹੜਾ ਤੈਨੂੰ ਸੂਟ ਕਰਦਾ। ਕਿੰਨੇ ਦਾ ਲਿਆ ਕੇ ਦੇਵੇਂਗਾ? ਜਿੰਨੇ ਵਾਲਾ ਕਹਿੰਦੀ? 2-3 ਹਜ਼ਾਰ ਰੁਪਏ ਦਾ ਲਿਆ ਦੇਵੇਂਗਾ। 3 ਵਾਲਾ ਲੈਣਾ? ਆਹੋ, 3 ਹਜ਼ਾਰ ਵਾਲਾ ਲਿਆ ਦਿੰਦੇ। ਅੱਲਾ ਦੀ ਕਸਮ, ਕਦੋਂ ਲਿਆ ਕੇ ਦੇਵੇਂਗਾ? ਹੁਣ ਪੈਸੇ ਦੇ ਹੁਣ ਲਿਆ ਦਿੰਦੇ। ਇਸ਼ਕ ਵੇਖਣਾ ਵੱਡਾ, ਅਸੀਂ ਲਾਹੌਰੀ ਆ, ਅਸੀਂ ਖਰਚੇ ਵਾਲਾ ਇਸ਼ਕ ਨਹੀਂ ਕਰਦੇ। ਅਸੀਂ ਫ੍ਰੀ ਵਾਲਾ ਕਰਨੇ, ਹੋ ਜਾਏ ਠੀਕ ਨਹੀਂ ਤੇ ਮੌਜ ਕਰੋ।
ਕੀ ਮਤਲਬ ਅਸੀਂ ਉਰਦੂ ਵਾਲਾ ਇਸ਼ਕ ਨਹੀਂ ਕਰਦੇ ਕਿ ਦੋ ਦੋ ਮਹੀਨੇ ਕੁੜੀ ਨੂੰ ਇਹ ਹੀ ਨਹੀਂ ਕਹਿ ਸਕਦਾ ਮੈਂ ਤੈਨੂੰ ਪਿਆਰ ਕਰਨਾ ਉੱਥੇ ਖਲੋਤੇ ਦੋ ਫੁੱਟ ਪਿੱਛੇ ਹੈ ਇਹ ਉਹ ਸਲਮਾ ਦਰਸ਼ਨ ਨਾ ਇਹ ਸਲਮਾ ਕੀ ਦਰਸ਼ਨ ਨਾ ਸਲਮਾ ਚਲੋ ਦਫਾ ਕਰੋ ਅਗਲੇ ਸਾਲ ਸਹੀ ਇਹ ਲਾਹੌਰ ਹੀ ਸ਼ੁਰੂ ਇੱਥੋਂ ਹੁੰਦੇ ਨੇ ਕੀ ਵੇ ਉਹ ਕਿੱਥੇ ਚੱਲੀਏ ਇੱਧਰ ਆ ਚੌਕ ਚ ਛੇ ਮਹੀਨੇ ਤੋਂ ਤੇਰੇ ਮਗਰ ਲੱਗੇ ਤੇਰੇ ਪਿਓ ਦੇ ਨੌਕਰ ਉਹ ਫਸਦੀ ਕਿਉਂ ਨਹੀਂ ਮਾਮੀ ਲੱਗਦੀ ਏ ਉਹ ਫਸ ਇੱਥੇ ਫਸ ਨਹੀਂ ਫਸਣਾ ਤੇ ਜਵਾਬ ਦੇ ਕਿਤੇ ਹੋਰ ਟੱਕਰ ਮਾਰੀਏ ਮਾਲੀ ਕੋਲ ਛਿੱਤਰ ਖਾ ਲਈਏ ਅੱਲਾ ਮਾਲੀ ਹੁੰਦਾ ਪਤਾ ਨੀ ਕਿੱਥੇ ਛਿੱਤਰ ਮਾਰ ਦੇ ਅਗਲਾ ਦੇਵ ਕੁਛ ਨਾ ਹੋਵੇ ਤੇ ਸੁਲਤਾਨ ਜੀ ਮੇਰਾ ਇੱਕ ਕੰਮ ਕਰ ਦੇ ਅੱਜ ਨੀ ਹੋਣਾ ਇੱਕ ਵਾਰੀ ਉਹ ਨਹੀਂ ਤੂੰ ਤਾਂ ਰੋਜ਼ ਦਾ ਮੁਸੀਬਤ ਪਾਈ ਸਾਨੂੰ ਆਖਰੀ ਵਾਰੀ ਮੇਰੀ ਗੱਲ ਮੰਨ ਲੈ ਉਹ ਬੜਾ ਬੜਾ ਨਹੀਂ ਕੀ ਹੈ ਉਹ ਨਹੀਂ ਤੂੰ ਰੋਜ਼ ਮੈਂ ਕੰਮ ਕਰਦੇ ਕੰਮ ਕਰਦੇ ਕਿਉਂ ਨਹੀਂ ਕਰਨਾ ਅਸੀਂ ਇੱਥੇ ਮਰਜੀ ਤੇਰੇ ਕੰਮ ਕਰਦੇ ਕਰਦੇ ਕੀ ਮਤਲਬ ਰੋਜ਼ ਆ ਜਾਣੀ ਟੈਲੀਫੋਨ ਕਰਨ ਤੇਰੇ ਪਿਓ ਦਾ ਪੀਸੀ ਹੋਰ ਤੇ ਤੇਰੇ ਟੈਲੀਫੋਨ ਦਾ ਕਸ ਕੀ ਜਾਏਗਾ ਜੇ ਤੂੰ ਮੈਂ ਫੋਨ ਕਰ ਲਾਂਗੀ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਔਰਤ ਲਾ ਕੇ ਕਿ ਮੈਂ ਇੰਨੀ ਦੂਰ ਪੀਸੀ ਤੇ ਜਾਵਾਂਗੀ ਤੂੰ ਇੰਨੀ ਦੂਰ ਜਾਏਗੀ ਰਾਜ 50 ਦੁਕਾਨਾਂ ਹੁੰਦੀਆਂ ਕਿੱਡੇ ਬੁੱਢੇ ਖੁਸ਼ ਹੁੰਦੇ ਸਾਡੇ ਕੋਲ ਲੰਘ ਗਈ ਸਾਡੇ ਕੋਲ ਲੰਘ ਗਈ ਇਹਨੂੰ ਕੀ ਪਤਾ ਵੇ ਸ਼ਰਮ ਕਰਿਆ ਕਰ ਸ਼ਰਮ ਕਾਦੀ ਚੱਕਰ ਮੈਨੂੰ ਦੀ ਨਹੀਂ ਫੋਨ ਕਿਸੇ ਹੋਰ ਨੂੰ ਕਰਨੀ ਹੈ ਵੀ ਨਹੀਂ ਉਹ ਬਰਕਤ ਨੂੰ ਕਰਨਾ ਸੀ ਤੇਰੀ ਬੇਵਫਾਈ ਤੱਕ ਸ਼ੇਰ ਆਇਆ ਕੀ ਅੱਖ ਤੇਰੀ ਵਿੱਚ ਚੈਨ ਕੋਈ ਨਹੀਂ ਦਿਲ ਤੇਰੇ ਵਿੱਚ ਰਹਿਮ ਕੋਈ ਨਹੀਂ ਅੱਖ ਤੇਰੀ ਵਿੱਚ ਚੈਨ ਕੋਈ ਨਹੀਂ ਦਿਲ ਤੇਰੇ ਵਿੱਚ ਰਹਿਮ ਕੋਈ ਨਹੀਂ ਲੋਕੀ ਬੁਲਾਉਣ ਨਸ ਨਸ ਜਾਵੇ ਅਸੀਂ ਬੁਲਾਈਏ ਤੇ ਟਾਈਮ ਕੋਈ ਨਹੀਂ ਅੱਖ ਮੇਰੀ ਵਿੱਚ ਚੈਨ ਕੋਈ ਨਹੀਂ ਦਿਲ ਮੇਰੇ ਵਿੱਚ ਰਹਿਮ ਕੋਈ ਨਹੀਂ ਬੇਟਾ ਮੂੰ ਮੈਨੂੰ ਛੇੜਨੇ ਘਰ ਭੈਣ ਕੋਈ ਨਹੀਂ ਉਹ ਗੁਜਰਾਲੇ ਗਈ ਸੀ ਮੈਂ ਕਿਹਾ ਛੇੜ ਲਵੋ ਉਹ ਗੁਜਰਾਲੇ ਗਈ ਹੁਣ ਉਹਦਾ ਹਾਲਾ ਵਾਰਸ ਅੱਛਾ ਚੱਲ ਫੋਨ ਨਹੀਂ ਕਰਨ ਦਿੰਦਾ ਨਾ ਕਰਨ ਦੇ ਇੱਕ ਗੱਲ ਮੇਰੀ ਹੋਰ ਮੰਨ ਲੈ ਕਿੰਨੀਆਂ ਗੱਲਾਂ ਅੱਜ ਮਨਾਉਣੀਆਂ ਤੂੰ ਸਿਰਫ ਇੱਕੋ ਹੀ ਇੱਕ ਹਾਂ ਚਲੋ ਇੱਕ ਮੰਨ ਲੈਨੇ ਮੇਰਾ ਬਰਕਤ ਨੇ ਇਸ ਘਰ ਚ ਨੌਕਰੀ ਦਵਾ ਦੇ ਉਹ ਜਿਹੜਾ ਤੇਰਾ ਹਮਦ ਹੈ ਆਹੋ ਏਡੇ ਲਾੜਨੇ ਨਾਲ ਨਹੀਂ ਤੇਰਾ ਬਲੇਠੀ ਦਾ ਪੁੱਤਰ ਹੈ ਉਹ ਸ਼ਰਮ ਕਰਿਆ ਕਰ ਕੁਛ ਠੀਕ ਹੈ ਮੈਂ ਕੋਸ਼ਿਸ਼ ਕਰਕੇ ਉਹਨੂੰ ਇੱਥੇ ਰਖਵਾ ਦਿਆਂਗਾ ਉਹਦਾ ਫਾਇਦਾ ਵੀ ਮੈਨੂੰ ਹੈ ਨਾ ਉਹ ਇੱਥੇ ਕੰਮ ਕਰੇਗਾ ਮੈਂ ਤੈਨੂੰ ਮਿਲਿਆ ਕਰਾਂਗਾ ਮੈਂ ਵੀ ਤੰਗ ਆ ਬਜ਼ੁਰਗਾਂ ਤੋਂ ਮਾਨ ਨਾ ਤੰਗ ਹੈ ਉਹ ਤੰਗ ਤਿੰਨ ਬਜ਼ੁਰਗ ਮੈਂ ਇਕੱਲਾ ਤੇਰਾ ਹੀ ਹੌਸਲਾ ਆ ਓਏ ਸੁਲਤਾਨ ਇੱਕ ਬਾਬਾ ਹੋਸ਼ ਫੜ ਗਈ ਤੂੰ ਦੌੜ ਜਾ ਮੈਂ ਜਾਵਾਂ ਹਾਂ ਤੂੰ ਚੱਲ ਗੱਲ ਸੁਣ ਮੇਰਾ ਬਰਕਤ ਨੌਕਰ ਹੋ ਜਾਏਗਾ ਨਾ ਇਹੋ ਜਿਹਾ ਹੋਏਗਾ ਯਾਦ ਕਰੇਂਗੀ ਤੂੰ ਚੇਤੇ ਨਾਲ ਨਾ ਮੇਰਾ ਇਹ ਕੰਮ ਕਰ ਦੇਈਂ ਠੀਕ ਹੈ ਮੇਰਾ ਵੀਰ ਤੂੰ ਵੀਰ ਕਹੀ ਜਾ ਸੀ ਅੰਦਰੋਂ ਬਗੈਰ ਤਾਂ ਤੇਰੇ ਵੀਰ ਕਹਿਣ ਤੇ ਅਸੀਂ ਮੰਨਦੇ ਨੇ ਵੀਰ ਓਏ ਸੁਲਤਾਨ ਜੀ ਸਮਝ ਨਹੀਂ ਆਉਂਦੀ ਯਾਰ ਇੱਕ ਤੇ ਮੁੰਡਾ ਪਤਾ ਨਹੀਂ ਕਿੱਥੇ ਮਰ ਜਾਂਦਾ ਸਵੇਰ ਦਾ ਤੈਨੂੰ ਮੈਂ ਲੱਭਣ ਦੇ ਮੈਨੂੰ ਬੜੀ ਬੜੀ ਥਾਂ ਤੋਂ ਬੇਇੱਜ਼ਤ ਕਰਵਾਇਆ ਮਸਲਮ ਕੱਲ ਇੱਕ ਜਨਾਜ਼ਾ ਜਾਣ ਦਿਆ ਸੀਗਾ ਮੈਂ ਕਿਹਾ ਯਾਰ ਸਵਾਬ ਦਾ ਕੰਮ ਆ ਭੱਜ ਕੇ ਜਿਹੜਾ ਮੋਢਾ ਹੀ ਦੇ ਦਈਏ ਅੱਛਾ ਮੈਂ ਨਸ ਕੇ ਜਾ ਕੇ ਜਨਾਜ਼ੇ ਨੂੰ ਮੋਢੇ ਤੇ ਚੁੱਕਿਆ ਮੈਂ ਅਜੇ ਦੋ ਕਦੇ ਨਹੀਂ ਟੁਰਿਆ ਮੁਰਦਾ ਉੱਠ ਕੇ ਬਹਿ ਗਿਆ ਕਹਿੰਦਾ ਭਾ ਜੀ ਸੜਕ ਚ ਟੋਏ ਨੇ ਮੈਂ ਜਨਾਜ਼ਾ ਉੱਥੇ ਰੱਖ ਕੇ ਜਨਾਜ਼ੇ ਦੇ ਅੱਗੇ ਅੱਗੇ ਦੌੜ ਲਾਉਣੀ ਸ਼ੁਰੂ ਕਰ ਦਿੱਤੀ ਉਹ ਅੱਛਾ ਉਹਨਾਂ ਨੇ ਜਨਾਜ਼ਾ ਰੱਖ ਕੇ ਮੈਨੂੰ ਬੜਾ ਕੁੱਟਿਆ ਉਹ ਕਿਉਂ ਕਹਿੰਦੇ ਸਾਡਾ ਪਿਓ ਮਰ ਗਿਆ ਤੂੰ ਲੁੱਡੀਆਂ ਪਾਉਣ ਦੇ ਪਰ ਤੁਸੀਂ ਵੀ ਬੇਵਕੂਫ ਹੋ ਤੁਹਾਨੂੰ ਅੱਲਾ ਨੇ ਲੱਤ ਦਿੱਤੀ ਹੈ ਕੰਮ ਲਵੋ ਤੇ ਕੋਲੋ ਕੀ ਫੈਸਲਾ ਪਾ ਜਾਓ ਕਿਸੇ ਕੱਪੜੇ ਦੀ ਬਿਲ ਚ ਲੱਗੋ ਉੱਥੋਂ ਦੇ ਗੱਲ ਗੱਲ ਤੇ ਮੋਹਰਾ ਲਾਓ ਠਾਕਾ ਦਿਨ ਚਲੋ ਅੱਗੋ ਸਾਡੀ ਮਰਜ਼ੀ ਆ ਅਸੀਂ ਉਹਨਾਂ ਦੇ ਲੱਠੇ ਤੇ ਮੋਹਰਾ ਲਾਈਏ ਜਾਂ ਤੁਹਾਡੀ ਬੋਸ ਕੀ ਤੇ ਇਹ ਵੀ ਸਾਡੀ ਮਰਜ਼ੀ ਆ ਨਾ ਅੱਗੋਂ ਬਾਬਾ ਜੀ ਕੀ ਗੱਲਾਂ ਕਰਦੇ ਹੋ ਇੱਕ ਮੈਂ ਤੁਹਾਡੇ ਕੋਲ ਗੱਲ ਪੁੱਛਣੀ ਸੀ ਗੱਲ ਬਾਅਦ ਚ ਪੁੱਛੀ ਮਾਸ਼ਾ ਅੱਲਾ ਕਿੱਡਾ ਨਾਕਾ ਤੇਰਾ ਹੋਇਆ ਲੋਕਾਂ ਨੇ ਮੂੰਹ ਤੇ ਨੱਕ ਹੁੰਦਾ ਤੂੰ ਨੱਕ ਦੇ ਉੱਤੇ ਮੂੰਹ ਲਵਾਇਆ ਹੋਇਆ ਵਾਹ ਵਾਹ ਉੱਤੋਂ ਇੰਜ F-16 ਮੰਗਰ ਹੋਇਆ ਮਾਸ਼ਾਅੱਲਾ ਪਹਿਲਾ ਨੱਕ ਵੇਖਿਆ ਜਿਹੜਾ ਮੂੰਹ ਚ ਝਾਤੀ ਮਾਰਨ ਦੇ ਬਰਕਤ ਪੈ ਗਈ ਇਨਸ਼ਾਅੱਲਾ ਹੌਲੀ ਹੌਲੀ ਤੁਹਾਡਾ ਧਿਆਨ ਚੀਜ਼ਾਂ ਤੇ ਪੈਂਦਾ ਜਾਂਦਾ
ਉਹ ਮੇਰੇ ਨਾਲ ਇਸ ਤਰ੍ਹਾਂ ਦੀ ਗੱਲਾਂ ਨਹੀਂ ਕਰਨੀਆਂ। ਤੁਸੀਂ ਇਹ ਦੱਸੋ, ਮੈਨੂੰ ਪੌਣੇ 4 ਸਾਲ ਹੋ ਗਏ ਇੱਥੇ ਬਗੈਰ ਤਨਖਾਹ ਤੋਂ ਕੰਮ ਕਰਦੇ ਆ, ਇਹ ਤੁਸੀਂ ਔਰਤਾਂ ਤੋਂ ਕਿਉਂ ਨਫ਼ਰਤ ਕਰਦੇ ਹੋ? ਉਹ ਕਿਉਂ ਨਾ ਕਰੀਏ ਔਰਤਾਂ ਤੋਂ ਨਫ਼ਰਤ? ਕਿਉਂ? ਇਹ ਔਰਤਾਂ ਦੁਨੀਆ ਦੇ ਫਸਾਦ ਦੀ ਜੜ੍ਹ ਹੈ। ਇਹ ਜਿੰਨੇ ਲੜਾਈ ਝਗੜੇ ਹੁੰਦੇ ਆ ਸਭ ਔਰਤਾਂ ਦੀ ਵਜ੍ਹਾ ਕਰਕੇ ਹੁੰਦੇ ਆ। ਇਹਨਾਂ ਔਰਤਾਂ ਨੇ ਬੜੇ ਬੜੇ ਗੱਭਰੂਆਂ ਦਾ ਵਕਤ ਜਾਇਆ ਕੀਤਾ। ਇਹ ਆਪਣੇ ਰਾਜੇ ਵਾਲੀ ਵੇਖ ਲੈ, 12 ਸਾਲ ਉਹ ਹੀਰ ਦੇ ਪਿੱਛੇ ਮੱਝਾਂ ਚਲਾਉਂਦਾ ਰਿਹਾ। ਇਹ ਬੇਵਕੂਫਾ, ਇਹੀ 12 ਸਾਲ ਤੂੰ ਕਿਸੇ ਮੱਝ ਤੇ ਰਿਸਰਚ ਕੀਤੀ ਹੁੰਦੀ, ਅੱਜ ਨੂੰ ਇਲੈਕਟ੍ਰੋਨਿਕ ਕੱਟੇ ਹੁੰਦੇ। ਅਸੀਂ ਵੀ ਹਾਲ ਰੋਡ ਤੇ ਜਾ ਕੇ ਕਹਿੰਦੇ ਭਾਅ ਜੀ 3 ਬੈਂਡ ਦਾ ਕੱਟਾ ਦੇ ਦਿਓ। ਆ ਦੁਕਾਨ ਵਾਲਾ ਕਹਿੰਦਾ ਪੁੱਛਣ ਨਾ ਛੇੜ ਨਾ ਕੱਟਾ ਛਾਟ ਏ। ਮਜਨੂ ਵੱਲ ਵੇਖ, ਉਹਦੇ ਵੱਲ ਤਾਂ ਮੈਂ ਵੇਖਿਆ ਨੀ। ਸਾਰੀ ਜ਼ਿੰਦਗੀ ਉਹ ਲੈਲਾ ਦੇ ਕੁੱਤੇ ਦਾ ਹੀ ਮੂੰਹ ਚੁੰਮਦਾ ਰਿਹਾ। ਉਹਨੂੰ ਮੈਂ ਕਿਹਾ ਵੀ ਸੀ ਤੁਹਾਡਾ ਮੂੰਹ ਨਾ ਚੁੰਮੇ। ਉਹ ਤੀਸਰੇ ਦਾ ਦੱਸੋ। ਤੀਸਰਾ ਕਿਹੜਾ? ਉਹ ਮਿਰਜ਼ਾ, ਮਿਰਜ਼ਾ ਜੱਟ। ਉਹਦੇ ਤੇ ਮੈਂ ਖੁਸ਼ ਹਾਂ। ਕਿਉਂ? ਉਹ ਬੇਲਾ ਟਪਾ ਗਿਆ ਸੀ। ਉਹ ਜਵਾਨ ਮਰਦ ਮੈਨੂੰ ਪਸੰਦ ਲੱਗਾ ਜਿਹਨੇ ਆਪਣੇ ਸੀਨੇ ਤੇ ਤੀਰ ਖਾਦੇ ਔਰ ਥਾਂ ਤੇ ਜਾਨ ਦਿੱਤੀ ਹੈ। ਯਾਨੀ ਤੁਹਾਨੂੰ ਦਲੇਰ ਬੰਦਾ ਪਸੰਦ ਹੈ ਜਿਹੜਾ ਤਿੰਨ ਤਸੀਰ ਖਾਵੇ? ਹਾਂ। ਮੈਂ ਕਿਹਾ ਬੇਟਾ ਜੀ, ਸਵੇਰੇ ਸਵੇਰੇ ਉੱਠ ਕੇ ਤੂੰ ਮੇਰੇ ਨਾਲ ਚੱਲਿਆ ਕਰ ਬਾਗ 'ਚ, ਮੈਂ ਦੌੜ ਲਾਣੀ ਹੁੰਦੀ ਆ। ਉਹ ਤੁਹਾਡਾ ਮੈਂ ਬੰਦੋਬਸਤ ਕਰਨਾ ਕੋਈ? ਹਾਂ, ਦੌੜ ਦੌੜ ਲਈ। ਏਡਾ ਤੰਗ ਜੋ ਹੁੰਦੇ ਹੋ ਟਾਇਰ 'ਚ ਹਵਾਈ ਭਰਾ ਲਓ। ਤੂੰ ਤੇਰੀ ਬੇਬੇ ਨੇ ਪਾਰਟੀ ਲੈਣਾ, ਟਾਇਰ 'ਚ ਹਵਾਈ ਭਰਾ ਲਓ। ਹਰ ਵੇਲੇ ਲਾਂਦੀ ਜਿਆ ਬਕਵਾਸ ਕਰਦਾ ਰਹਿੰਦਾ। ਓਏ ਸੁਲਤਾਨ ਜੀ, ਮੈਨੂੰ ਪਤਾ ਲੱਗਿਆ ਤੂੰ ਲੋਰੀ ਹੈ। ਅੱਲਾ ਦਾ ਸ਼ੁਕਰ ਹੈ, ਸੂਟ ਤੋਂ ਨਹੀਂ ਵੇਖਦੇ 3 ਪੀਸ ਪਾਇਆ। ਲੱਗਦਾ ਤੇ ਨਹੀਂ ਤੂੰ ਲੋਰੀ ਆ। ਓ ਲਾਰੀ ਟੈਂਪੋ ਨਹੀਂ ਵੇਖ ਹੋਏਗਾ ਭਾਈ ਸਾਨੂੰ? ਓ ਲਾਰੀਆ ਬੁੱਢਿਆ ਹੋਏਗਾ ਯਾਰ, ਹੋਏਗਾ। ਓ ਲਾਰੀਆ ਖੋਚਲ ਬੁੱਢਿਆ। ਉਹ ਜੁੱਤੀ ਕਿਹਦੀ ਆ? ਕਿੱਥੇ ਹੀ ਫੜਿਆ ਗਿਆ, ਗੁਜਰਾਤੀਆ। ਤੁਹਾਡੀ ਅਜ਼ਮਾਇਸ਼ ਤੇ ਲਾਂਤ ਬਾਬਾ ਜੀ। ਜੀ ਹਾਂਜੀ, ਸਾਰੀ ਰਾਤ ਤੇਰਾ ਤੱਕਣੀ ਆ ਰਾ, ਇਹਨਾਂ ਤਾਰਿਆਂ ਤੋਂ ਪੁੱਛ ਚੰਨਵੇ ਉਹ ਕਿਉਂ ਤੇਰੇ ਪਿੱਛੇ ਹੋਈਆਂ ਤਬਾ, ਇਹਨਾਂ ਲਾਰਿਆਂ ਤੋਂ ਪੁੱਛ ਚੰਨਵੇ। ਸਾਰਾ ਗਾਣਾ ਠੀਕ ਕਹਿੰਦੇ ਹੋ, ਐਂਡ ਤੇ ਵੇਲ ਫੜ ਦਿਓ। ਬਕਵਾਸ ਕਰਨਾ, ਮੈਂ ਤੈਨੂੰ ਇਸ ਘਰ ਚ ਕਿਉਂ ਰੱਖਿਆ ਹੋਇਆ? ਕਿਉਂ ਰੱਖਿਆ? ਇਸ ਵਾਸਤੇ ਰੱਖਿਆ ਹੋਇਆ ਕਿ ਤੂੰ ਮੈਨੂੰ ਦਾਤ ਦਿਆ ਕਰ, ਵਾਹ ਵਾਹ ਕਰਿਆ ਕਰ। ਮੈਂ ਤੁਹਾਡੀ ਕਿਸੇ ਦਿਨ ਕਰ ਦੇਣੀ ਵਾਹ ਵਾਹ? ਅੱਛਾ, ਫਿਰ ਤੁਸੀਂ ਰੋਂਦੇ ਫਿਰਨਾ? ਠੀਕ ਆ, ਕਿ ਮੁਲਾਜ਼ਮ ਵਾਹ ਵਾਹ ਕਰ ਗਿਆ। ਫਿਰ ਕਰਦਾ ਕਿਉਂ ਨਹੀਂ? ਬਸ ਕਿਸੇ ਦਿਨ ਸੁੱਤੇ ਹੋਣਾ, ਮੈਂ ਵਾਹ ਵਾਹ ਕਰ ਦੇਣੀ। ਕੀ ਮਤਲਬ? ਬਸ ਵਾਹ ਵਾਹ ਹੁੰਦੀ ਕਿਸੇ ਟਾਈਮ। ਲਓ ਜੀ, ਮੈਨੂੰ ਹੁਣ ਸ਼ੇਰ ਹੋਇਆ। ਸ਼ੇਰ ਹੋਇਆ ਤੇ ਇਹ ਆਮਦ ਆ, ਇੱਕ ਹੁੰਦੀ ਆ ਅਮਰਤ, ਇੱਕ ਹੁੰਦੀ ਆ ਆਮਦ। ਸ਼ੇਰ ਇਹ ਆ ਜੀ ਕਿ ਚਿੜੀ ਕੱਪੜੇ ਵੀ ਸੀਂਦੀ ਆ। ਚਿੜੀ ਕੱਪੜੇ ਵੀ ਸੀਂਦੀ ਆ? ਤੇ ਤੁਸੀਂ ਸ਼ੇਖ ਤੇ ਨਹੀਂ ਚਿੜੀ ਨੂੰ ਕੰਮ ਤੇ ਲਾਤਾ? ਬਕਵਾਸ ਕਰਨੇ ਆ, ਸ਼ੇਰ ਸੁਣ। ਚਿੜੀ ਕੱਪੜੇ ਪਈ ਸੀਂਦੀ ਆ, ਬੱਕਰੀ ਨੇ ਹੋਟਲ ਖੋਲਿਆ, ਖੋਤੀ ਚਾਹ ਪੀ ਪੀਂਦੀ ਆ। ਇਹ ਸ਼ੇਰ ਨੀ ਬਾਜੀ, ਇਹ ਕੀ ਆ? ਇਹ ਤੁਹਾਡੀ ਬਗੈਰਤੀ ਹੈ। ਮੇਰੀ ਗੱਲ ਸੁਣ ਲਾ, ਤੂੰ ਸ਼ੇਰ ਮੈਨੂੰ ਸੁਣਾ। ਮੈਂ ਤੁਸੀਂ ਚੁੱਕੇ ਔਰਤ ਦੇ ਖਿਲਾਫ ਹੋ, ਮੈਂ ਸ਼ੇਰ ਸੁਣਾਉਣਾ। ਜਹਾਨ ਉੱਤੇ ਇੱਕ ਮਰੇ ਸੁਬਾਹ, ਇੱਕ ਮਰੇ ਸ਼ਾਮੀ, ਮੈਂ ਰਵਾਂ ਜਨਾਜ਼ੇ ਦਫਨਾਉਣ ਤੇ। ਉਹ ਕਿਸੇ ਗੌਰ ਕੰਮ ਦਿਆ ਪੁੱਤਰਾ, ਮੇਰੇ ਸ਼ੇਰ ਚੋਰੀ ਕਰਕੇ ਮੇਰੇ ਦਿਮਾਗ ਚੋਂ ਮੇਰੇ ਮੂੰਹ ਤੇ ਸੁਣਾਉਣ ਡਿਆ? ਤੁਸੀਂ ਤੇ ਬਾਹਰ ਰੱਖ ਕੇ ਸੌ ਜਾਂਦੇ, ਮੈਂ ਚੁੱਕ ਕੇ ਯਾਦ ਕਰ ਲੈਣਾ। ਅੱਛਾ, ਮੈਨੂੰ ਯਾਦ ਆ, ਮੈਂ ਨੌਕਰ ਰੱਖਿਆ ਤੁਹਾਡੀ ਵਾਹ ਵਾਹ ਲਈ। ਅੱਛਾ, ਉਹ ਸਿਰਫ ਤੁਹਾਡੀ ਵਾਹ ਵਾਹ ਕਰੇਗਾ? ਅੱਛਾ ਬੇਟਾ, ਉਸ ਨੌਕਰ ਨੂੰ ਇਹ ਸਮਝਾ ਦੇਈ ਕਿ ਇਸ ਘਰ ਦੇ ਵਿੱਚ 3 ਯਾਰ ਰਹਿੰਦੇ ਨੇ, ਬਾਬੇ ਜਿਹਨੇ ਸਾਰੀ ਜ਼ਿੰਦਗੀ ਗੁਜ਼ਾਰਤੀ ਔਰ ਵਿਆਹ ਨਹੀਂ ਕੀਤੇ, ਸਮਝ ਗਿਆ? ਇਸ ਘਰ 'ਚ ਔਰਤ ਦਾ ਨਾਂ ਨਹੀਂ ਲੈਣਾ ਔਰ ਨਾ ਇਸ ਘਰ 'ਚ ਔਰਤ ਆਏਗੀ। ਉਹ ਮੈਂ ਉਹਨੂੰ ਫੋਨ ਤੇ ਸਮਝਾਤਾ। ਠੀਕ, ਚਾਹ ਲੈ ਕੇ। ਮੈਂ ਹੁਣ ਚਾਹ ਲੈ ਗਿਆ। ਚਾਹ ਲੈ ਕੇ। ਸਾਰੀ ਰਾਤ ਤੇਰਾ ਤੱਕਣੀਆਂ ਰਾ, ਇਹਨਾਂ ਤਾਰਿਆਂ ਤੋਂ ਪੁੱਛ ਚੰਨਵੇ ਉਹ ਕੋ ਘਰ ਹੈਗਾ? ਉਹ ਘਰ ਹੀ ਆ ਕਿ ਡੁੱਬ ਕੇ ਮਰ ਜਾਓ? ਲਖਤੀ ਲਾਣ ਤਾਂ ਕੌਣ ਆ ਗਿਆ? ਅਸਲਾਮ ਅਲੈਕਮ। ਅਸਲਾਮ ਅਸਾ
ਅਸਲਾਮੁਅਲੈਕੁਮ ਜਨਾਬ। ਹੋਰ ਸੁਣਾ ਟੋਣਾ ਸਾ? ਅੱਲਾ ਦੀ ਬੜੀ ਮਿਹਰਬਾਨੀ ਜੀ। ਹਾਲ ਆ? ਮੈਂ ਆਂਦਾ ਜੀ ਹਾਲ ਏਡੇ ਚੰਗੇ ਆ ਕਿ ਮੈਂ ਦੱਸ ਨਹੀਂ ਸਕਦਾ ਬਈ। ਤਸ਼ਰੀਫ ਰੱਖੋ। ਵੈਰੀ ਗੁੱਡ, ਤਸ਼ਰੀਫ ਰੱਖੋ ਜਨਾਬ। ਕਾਰੋਬਾਰ ਵੱਲੋਂ ਟਾਈਮ ਨਹੀਂ ਮਿਲਦਾ ਜੀ। ਅੱਛਾ ਜੀ, ਕਾਰੋਬਾਰ ਸਾਡੇ ਬੜੇ ਲੰਮੇ ਚੌੜੇ ਆ ਮਾਸ਼ਾਅੱਲਾ। ਅੱਛਾ ਹਾਂ, ਇੱਥੋਂ ਤੋਂ ਲੈ ਕੇ ਫੈਸਲਾਬਾਦ ਤੱਕ ਆਪਣਾ ਜ਼ਮੀਨ ਹੈ ਆਪਣੀ। ਆਪਣੀ ਭੂਏ ਆ? ਆਪਣੀ ਭੂਏ ਆ, ਇੱਥੋਂ ਤੋਂ ਲੈ ਕੇ ਫੈਸਲਾਬਾਦ ਤੱਕ। ਕਿਹੜੀ? ਨਹਿਰ ਦੇ ਨਾਲ ਨਾਲ ਹੀ ਜਿਹੜਾ ਗੰਦਾ ਨਾਲਾ ਜਾਂਦਾ ਉਹ ਤੁਹਾਡਾ, ਉਹਦੇ ਤੇ ਸਾਡਾ ਕਬਜ਼ਾ ਹੈ। ਅੱਛਾ। ਹਾਂ ਜੀ, ਅੱਬਾ ਜੀ ਦੇ ਬੜੇ ਲੰਮੇ ਚੌੜੇ ਕਾਰੋਬਾਰ ਆ। ਹਾਂਜੀ ਹਾਂ, ਬੈਰੀ ਜਹਾਜ਼ ਚੱਲਦੇ ਆ ਸਾਡੇ ਬੈਰੀ ਆ। ਕਿੱਥੇ? ਆ ਨਾਰਗਲੀ ਏਅਰਪੋਰਟ ਤੇ। ਉਹ ਕਿਹੜੀ ਏਅਰਪੋਰਟ ਆ? ਬਾਹਰ ਫੁੱਟਪਾਥ ਤੇ ਬੈਠੇ ਹੁੰਦੇ ਨੇ ਪਰਾਤ ਚਲਾ ਕੇ, ਪਿੱਟ 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 ਪਿੱਟ, ਸਾਰੇ ਜਹਾਜ਼ ਸਾਡੇ ਆ। ਲੋ ਜੀ, ਗੱਲ ਇਹ ਆ ਕਿ ਆਪਣੇ ਮਰਬਿਆਂ ਤੋਂ। ਆ ਮਰੱਬੇ ਜਿਹੜੇ ਤੁਹਾਡੇ ਆਪਣੇ ਮਰੱਬੇ? ਹਾਂਜੀ। ਅੱਛਾ ਅੱਛਾ ਅੱਛਾ, ਇਹ ਜਿਹੜੇ ਪਾਠੀ ਰੇਹੜੀ ਤੇ ਲੱਗੇ ਹੁੰਦੇ ਨੇ ਤੁਹਾਡੇ ਮਰੱਬੇ ਆ? ਤੁਹਾਡੀ ਮਜ਼ਾਕ ਕਰਨ ਦੀ ਆਦਤ ਨਾ ਗਈ। ਹੋਰ ਠੀਕ ਠਾਕ? ਅੱਲਾ ਦਾ ਕਰਮ। ਚਾਹ ਨਹੀਂ ਤੁਸੀਂ ਪੁੱਛੀ? ਮੈਂ ਨੌਕਰ ਨੂੰ ਕਿਹਾ ਜੀ। ਓ, ਨੌਕਰ ਬੜੇ ਸ਼ਰਾਰਤੀ ਕਮੀ ਕਮੀਨ ਅੱਜ ਕੱਲ੍ਹ ਆਉਣ ਡਿਆ। ਹਾਂਜੀ। ਅੱਛਾ, ਪਾਣੀ ਦਾ ਘੁੱਟ? ਪਾਣੀ ਹੋਈ? ਹਾਂ, ਪਾਣੀ ਪਿਆ। ਪਾਣੀ ਪਾਣੀ ਕਰ ਗਈ ਮੁਝ ਕੋ ਕਲੰਦਰ ਕੀ ਇਹ ਬਾਤ, ਪਾਣੀ ਪਾਣੀ ਕਰ ਗਈ ਮੁਝ ਕੋ ਕਲੰਦਰ ਕੀ ਇਹ ਬਾਤ। ਪਿਆ ਦਿਓ, ਪੀ ਕੇ ਵਿਖਾਓ। ਇਹ ਨਲਕੇ ਚ ਅਰਥ ਕਿਉਂ ਆ ਗਿਆ? ਇਹ ਬਸ ਤਾਰਾ ਛਾਟ ਹੋ ਗਈਆਂ, ਇਹ ਫਿਰ ਇਸ ਤਰ੍ਹਾਂ ਹੀ ਪੀਣਾ ਪੈਣਾ। ਲਿਓ, ਪਿਆਈ ਜਾਓ। ਓਕੇ, ਬਸ ਇੱਕੋ ਹੀ ਕਤਰਾ ਕਾਫੀ ਹੈ, ਦੂਜੇ ਨਾਲ ਤਾਰੀ ਲੱਗ ਜਾਂਦੀ। ਨੌਕਰ ਬੜਾ ਲਾਂਚੀ ਆ। ਬੈਠੋ ਜੀ, ਤੁਸੀਂ ਕੋਈ ਨਵੇਂ ਨੌਕਰ ਦਾ ਬੰਦੋਬਸਤ ਕੀਤਾ? ਹਾਂ ਜੀ ਕੀਤਾ। ਆਪਣਾ ਉਹ ਚਾਹ ਕਹੀ ਸੀ ਤੁਸੀਂ ਪਰਾਹੁਣੇ ਲਈ? ਹਾਂਜੀ, ਉਹ ਪਕਾਈ ਸੀ ਮੈਂ, ਥੱਲੇ ਰੁੜ ਗਈ, ਪਰਾਹੁਣੇ ਨੂੰ ਕੋਹ ਆ ਕੇ ਚੱਟ ਲਵੇ। ਚਲੋ ਠੀਕ ਹੈ, ਨਵਾਂ ਨੌਕਰ ਬੁਲਾਇਆ ਕੋਈ? ਹਾਂਜੀ। ਤੇ ਇਹੋ ਹੀ ਸੁਣ ਕੇ ਤੇ ਮੈਂ ਆਇਆ ਹਾਂ। ਉਹ ਜਨਾਬ, ਮੈਂ ਨੌਕਰੀ ਲੈਣ ਆਇਆ। ਤੁਸੀਂ ਬੁੱਢੀ ਦਾ ਪੁੱਤਰ ਸਮਝ ਬੈਠੇ ਹੋ? ਜਗ੍ਹਾ ਹੋਵੇ ਨਾ ਹੋਵੇ ਰਿਸਕ ਲੈ ਲੈਂਦੇ ਹੋ, ਹੈਂ? ਅੱਛਾ ਗੱਲ ਸੁਣੋ ਮੇਰੀ, ਮੈਨੂੰ ਨੌਕਰ ਉਹ ਚਾਹੀਦਾ ਜਿਹਦਾ ਕੋਈ ਲਗਾਓ ਸ਼ੇਰੋ ਸ਼ੇਰੀ ਨਾ ਹੋਵੇ। ਓ ਜਨਾਬ, ਗਾਣਾ ਸ਼ਾਣਾ ਗਾ ਸਕਦਾ ਹੋਵੇ? ਵੈਰੀ ਗੁੱਡ, ਇਹੋ ਹੀ ਸੁਣ ਕੇ ਤੇ ਮੈਂ ਤੁਹਾਡੇ ਕੋਲ ਹਾਜ਼ਰ ਹੋਇਆ ਜਨਾਬ, ਕਿ ਮੈਨੂੰ ਇਸ ਤੋਂ ਪਹਿਲੇ ਮੈਂ ਗਾਉਂਦਾ ਸਾਂ। ਗਾਉਂ ਦੱਸੋ? ਹਾਂਜੀ, ਮੈਂ ਬੜਾ ਗਾਉਂਦਾ ਸਾਂ ਜਨਾਬ, ਮੈਂ ਤੇ ਜਿੱਥੋਂ ਲੰਘਦਾ ਸਾਂ ਬੱਚਾ ਬੱਚਾ ਮੈਨੂੰ ਕਹਿੰਦਾ ਸੀ ਲੈ ਵੀ ਇਹ ਬੜਾ ਗਾਉਂਦਾ। ਅੱਛਾ ਅੱਛਾ, ਮਸ਼ਹੂਰੀ ਇੰਨੀ ਸੀ। ਬੱਲੇ 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 ਬੱਲੇ, ਅਤਾਉਲਾ ਖਾਨ ਈਸਾ ਖੇਲ ਵੀ ਮੇਰਾ ਉਸਤਾਦ ਹੈ। ਅੱਛਾ, ਉਹਦੇ ਕੋਲੋਂ ਸਿੱਖਿਆ ਮੈਂ। ਅੱਛਾ, ਹਾਂਜੀ, ਉਹਦਾ ਨਾਂ ਹੈ ਅਤਾਉਲਾ ਖਾਨ ਈਸਾ ਖੇਲ ਵੀ। ਹਾਂ, ਉਹਦੇ ਕੋਲ ਪੈਸੇ ਬੜੇ ਹੁੰਦੇ ਆ। ਠੀਕ ਆ। ਮੈਂ ਗਰੀਬ ਆਦਮੀ ਸਾਂ, ਮੈਂ ਆਪਣਾ ਨਾਂ ਰੱਖ ਲਿਆ ਫਨਾਉਲਾ ਖਾਨ ਖੀਸਾ ਵੇਲ ਵੀ। ਬੱਲੇ ਬੱਲੇ, ਹਾਂ, ਗਾਉਣਾ ਮੈਂ ਉਤਰਾ ਹੀ ਆ, ਤੇ ਨਾਲੇ ਸ਼ੇਰੋ ਸ਼ਾਇਰੀ ਵੀ ਆਉਂਦੀ ਆ ਮੈਨੂੰ। ਲਓ, ਟਰਾਈ ਹੋਏਗੀ। ਲਓ ਜੀ, ਲਿਓ ਜੀ ਚਾਹ। ਤੁਸੀਂ ਪੀਣੀ? ਆਹ, ਇੱਕ ਮਿੰਟ, ਮੈਂ ਸਰੰਚ ਚ ਪਾ ਕੇ ਲਿਆਉਂਦਾ। ਇਹ ਬੱਚਾ ਤੁਹਾਡਾ ਨੌਕਰ ਆ, ਮੇਰਾ ਐਵੇਂ ਰਿਸ਼ਤੇਦਾਰ ਬਣਨ ਡਿਆ, ਮੈਂ ਤੁਹਾਨੂੰ ਦੱਸ ਦਿਆਂ। ਇਹਦਾ ਤਾਰਫ ਕਰਾਓ, ਕੌਣ ਆ? ਇਹ ਨੌਕਰ ਹੈ ਜੀ, ਨੌਕਰ। ਉਹ ਮਵੇਂ ਨੌਕਰ ਆ? ਉਹ ਤੂੰ ਨੌਕਰ ਹੈ? ਹਾਂ, ਮੈਂ ਨੌਕਰ ਨਹੀਂ ਹੈਗਾ। ਹਾਂ, ਕੌਣ ਹੈ? ਮੈਂ ਉਹਨਾਂ ਨੂੰ ਆਪਣਾ ਮਾਲਕ ਰੱਖਿਆ। ਓਏ, ਆਹ ਮਾਲਕ ਕੋਈ ਗੱਲ ਆ? ਵੈਸੇ ਲੱਗਦਾ ਕਿ ਤੁਸੀਂ 5 ਸਾਲਾਂ ਦੀਆਂ ਇਹਦੀਆਂ ਤਨਖਾਹਾਂ ਨਹੀਂ ਦਿੱਤੀਆਂ ਜਿਹੜੀਆਂ ਖਿਜਾਂ ਕੱਢਣ ਡਿਆ ਤੁਹਾਡੇ। ਅੱਛਾ, ਆਪਣਾ ਬੇਟਾ, ਮੈਨੂੰ ਆ ਸ਼ੇਰੋ ਸ਼ਾਇਰੀ ਦਾ ਸ਼ੌਕ ਜੀ ਜੀ। ਮੈਂ ਆਪਣਾ ਸਾਹਿਬ ਨੇ ਕੀਤੀ ਫਰਮਾਇਸ਼, ਮੈਂ ਸ਼ੇਰ ਅਰਜ਼ ਕਰ ਰਿਹਾ ਜੀ ਜੀ। ਕਿਸੇ ਆਸ਼ਿਕ ਕੋਲੋਂ ਕਿਸੇ ਨੇ ਪੁੱਛਿਆ ਕਿ ਤੇਰਾ ਟਿਕਾਣਾ ਕੀ ਹੈ? ਵਾਹ ਵਾਹ, ਇਸ਼ਕ ਸੱਚਾ ਹੋਵੇ ਤੇ ਆਸ਼ਿਕ ਫਕੀਰ ਹੁੰਦਾ, ਤੇ ਫਕੀਰ ਦਾ ਟਿਕਾਣਾ ਕੋਈ ਨਹੀਂ ਹੁੰਦਾ, ਤੇ ਫਕੀਰ ਲਿਖਦਾ ਕਿ ਕੀ ਪੁੱਛਦੇ ਹੋ? ਵਾਹ ਵਾਹ, ਕਿੱਥੇ ਵਸਨੇ ਆ? ਸਾਡੇ ਸ਼ਹਿਰ ਦਾ ਨਾਮ ਜੁਦਾਈ ਹੈ। ਹੋਏ ਹੋਏ ਹੋਏ, ਜ਼ਿਲ੍ਹਾ ਹਿਜਰ ਨਗਰ, ਤਹਿਸੀਲ ਜਫਾ, ਅਤੇ ਡਾਖਾਨਾ ਰਸਵਾਈ ਏ, ਗਲੀ ਦਿਲ ਵਾਲੀ ਮਹੱਲਾ ਬੇਦਰਦਾ, ਮਾਸੂਮ ਨੇ ਕੁੱਲੀ ਪਾਈਏ, ਇੱਥੇ ਅੱਜ ਕੱਲ ਆਸ਼ਕ ਮਿਲ ਸਕਦਾ, ਬੈਠਾ ਦਰਦਾਂ ਦੀ ਮਹਿਫਲ ਲਾਈਏ। ਵੈਰੀ ਗੁੱਡ, ਬੱਲੇ ਬੱਲੇ, ਹਾਂਜੀ, ਇੱਥੇ ਅੱਜ ਕੱਲ ਆਸ਼ਕ ਮਿਲ ਸਕਦਾ, ਬੈਠਾ ਦਰਦਾਂ ਦੀ ਮਹਿਫਲ ਲਾਈਏ, ਜਿੰਨੇ ਇਹੋ ਜਿਹਾ ਜੰਮਿਆ ਬਚੀ ਹੋਣੀ ਮਾਈਏ। ਵਾਹ, ਬੈਠਾ ਦਰਦਾਂ ਦੀ ਮਹਿਫਲ ਲਾਈਏ, ਭਣਵਈਆ ਘਰ ਆਇਆ ਭੈਣ ਕਿੱਥੇ ਲੁਕਾਈਏ? ਭਣਵਈਆ ਘਰ ਆਇਆ ਭੈਣ ਕਿੱਥੇ ਲੁਕਾਈਏ? ਪਹਿਲੇ ਇਹ ਦੱਸੋ ਸੋਫੇ ਤੇ ਕੁੱਤੀ ਕਿੰਨੇ ਬਿਠਾਈਏ? ਪ੍ਰਾਪਰ ਬਸ ਬਸ ਬਸ, ਉਹ ਕੁੱਤਿਆਂ ਜੀ ਹੋ, ਬੁੱਢੇ ਹੋ ਗਏ, ਬੁੱਢੇ ਹੋ ਗਏ, ਜਗ੍ਹਾ ਨਹੀਂ ਭੁੱਲੇ। ਤੁਸੀਂ ਮੇਰੇ ਘਰ ਚ ਕੀ ਕੁੱਤਖਾਨਾ ਪਾਤਾ ਹੋਇਆ? ਓਏ ਯਾਰ,
ਮੈਨੂੰ ਜਨਾਬ ਕੁੱਤੇ ਤੇ ਇੱਕ ਸ਼ੇਰ ਯਾਦ ਆ ਯਾਰ ਗੱਲ ਸੁਣ ਆਪਣੇ ਆਪ ਤੇ ਆ ਗਿਆ ਹਾਂ ਜੀ ਓ ਇੱਕ ਮਿੰਟ ਉਹ ਕੁੱਤੇ ਤੋਂ ਯਾਦ ਆ ਤੇਰੇ ਅੱਬੇ ਦਾ ਕੀ ਹਾਲ ਯਾਰ ਉੱਥੇ ਬਹਿ ਗਿਆ ਉਸੇ ਦੇ ਆ ਪੁੱਤਾ ਫਰਮਾਂਦੇ ਨੇ ਸੈਫਲ ਮਲੂਕ ਜੀ ਕਿ ਜਿਸ ਦਿਲ ਅੰਦਰ ਦਰਦ ਨੀ ਰਚਿਆ ਕੁੱਤੇ ਕਿਹਨੂੰ ਕਹੀ ਜਿਹੜਾ ਹੋਵੇ ਬਹਿ ਜਾਂਦਾ ਤੈਨੂੰ ਕੀ ਬਈ ਪਾਜੀ ਇਹਦੀਆਂ ਮਸਵਾਨਾਂ ਫਾਕਾ ਫੜੋ ਫੜ ਲਓ ਤੇ ਸ਼ਹਿਰ ਦੇ ਬੇਬਾਕ ਹੁੰਦਾ ਉਹ ਤੇ ਡਰਦਾ ਹੀ ਨਹੀਂ ਬੇਬਾਕ ਹਾਂ ਜਿਸ ਦਿਲ ਅੰਦਰ ਦਰਦ ਨਹੀਂ ਰਚਿਆ ਓਏ ਕੁੱਤੇ ਓ ਸ਼ਿਕਾਰੀ ਕੁੱਤੇ ਜਿਸ ਦਿਲ ਅੰਦਰ ਦਰਦ ਨਹੀਂ ਰਚਿਆ ਚੰਗੇ ਠੀਕ ਹੈ ਸਮਝ ਗਿਆ ਨਾ ਇੰਨਾ ਕੁ ਠੀਕ ਹੈ ਕੁੱਤੇ ਉਸ ਕੀ ਚੰਗੇ ਮਾਲਿਕ ਦੇ ਘਰ ਰਾਖੀ ਕਰਦੇ ਸਾਬਰ ਭੁੱਖੇ ਨੰਗੇ ਵੈਰੀ ਗੁੱਡ ਤੂੰ ਤਨਖਾਹ ਕਿਉਂ ਮੰਗਣਾ ਡਰਨ ਦੀ ਮੇਰੇ ਕੋਲ ਤੂੰ ਵੀ ਤਨਖਾਹ ਮੰਗ ਸਾਰਾ ਸ਼ੇਰ ਮੇਰੇ ਤੇ ਪਾਤਾ ਜੇ ਮੇਰੇ ਲਿਖਿਆ ਲਓ ਜੀ ਹੁਣ ਮੈਂ ਤੁਹਾਡੀ ਖਿਦਮਤ 'ਚ ਜਿਹੜਾ ਸ਼ੇਰ ਅਰਜ਼ ਕਰ ਰਿਹਾ ਜੀ ਇਹ ਇੱਕ ਬੇਵਫਾ ਹਸੀਨਾ ਤੇ ਲਿਖਿਆ ਹੈ ਬਿਲਕੁਲ ਸਾਦਾ ਸ਼ੇਰ ਅਰਜ਼ ਕਰ ਰਿਹਾ ਕਿ ਗੱਲਾਂ ਅੱਖਾਂ ਨਾਲ ਕਰ ਜਾਨੀ ਏ ਗੱਲਾਂ ਅੱਖਾਂ ਨਾਲ ਕਰ ਜਾਨੀ ਏ ਹਾਂ ਤੁਹਾਡੀਆਂ ਅੱਖਾਂ ਨਹੀਂ ਗਈਆਂ ਨਾ ਤੁਸੀਂ ਤੇ ਪਹਿਲੇ ਐਨਕ ਲਾਈ ਏ ਗੱਲਾਂ ਅੱਖਾਂ ਨਾਲ ਕਰ ਜਾਨੀ ਏ ਝੂਠੀਏ ਜਹਾਨ ਦੀ ਏ ਹਰ ਆਸ਼ਕ ਉੱਤੇ ਮਰ ਜਾਨੀ ਉਹ ਇਹ ਕੀ ਛੱਡਿਆ ਜੇ ਲਿਆ ਸਾਡੇ ਘਰ ਚੋ ਬੇਵਾ ਬਲੱਬ ਦੇ ਮੂੰਹ ਚ ਨਿਕਲਿਆ ਜੀ ਉਹ ਮੁੰਡਿਆ ਤੂੰ ਜਿਸ ਕੰਮ ਵਾਸਤੇ ਸਿਰ ਬੰਨਿਆ ਸੀ ਉਹ ਹੋ ਗਿਆ ਤੁਹਾਡੀ ਜਿਹੜੀ ਗੱਲ ਟਿੰਡ ਹੋਈ ਸੀ ਉਹ ਕੰਮ ਹੋ ਗਿਆ ਤੇ ਤੂੰ ਘਰੋਂ ਪੁੱਛਿਆ ਨਹੀਂ ਔਰਤ ਦਾ ਨਾਂ ਕਿਹਨੇ ਲਿਆ ਰਾਣਾ ਸਾਹਿਬ ਇੱਧਰ ਇੱਧਰ ਆ ਮੁੰਡਿਆ ਮੈਂ ਨੀ ਔਰਤ ਇੱਧਰ ਆ ਬਰਫਾਨੀ ਕੀਸ ਵਰਗਾ ਤੇਰਾ ਮੂੰਹ ਹੈ ਹਾਂਜੀ ਵਿੱਚੋਂ ਤੂੰ ਔਰਤ ਦਾ ਨਾਂ ਕਿਸ ਚੱਕਰ ਚ ਲੈਣ ਲਿਆ ਆ ਜੀ ਹੈਗੀ ਮੈਂ ਬਰਫਾਨੀ ਕੀਸ ਆ ਮੈਂ ਘਰ ਨਹੀਂ ਜਾ ਸਕਦੀ ਕਿਉਂਕਿ ਮੇਰੀ ਕੋਈ ਖੁੱਡ ਬੰਦ ਕਰ ਗਿਆ ਤੇ ਪੁੱਤਰ ਜੇ ਦੀ ਖੁੱਡ ਬੰਦ ਹੋਵੇ ਉਹ ਐਡਾ ਆਕੜ ਕੇ ਤੇ ਨਹੀਂ ਟੁਰਦਾ ਬਦਤਮੀਜ਼ ਆਦਮੀ ਜੀ ਜੀ ਤੂੰ ਸਾਡੇ ਘਰ ਚ ਔਰਤ ਦਾ ਨਾਂ ਲਿਆ ਤੇ ਕਿਉਂ ਲਿਆ ਉਹ ਮੈਂ ਔਰਤ ਦਾ ਨਾਂ ਨਹੀਂ ਲਿਆ ਜਨਾਬ ਕਮਜ਼ੋਰ ਆਦਮੀ ਆ ਮੂੰਹ ਚੋਂ ਨਿਕਲ ਗਿਆ ਪੁੱਤਰ ਇਹੋ ਜਿਹਾ ਮੂੰਹ ਨਹੀਂ ਰੱਖੀਦਾ ਜਿਹਦੇ ਚੋਂ ਹਰ ਸ਼ੈ ਨਿਕਲ ਜਾਏ ਤੇ ਅਸੀਂ ਆਪਣੇ ਘਰ ਚ ਔਰਤ ਦਾ ਨਾਂ ਨਹੀਂ ਲੈਂਦੇ ਕਿਉਂਕਿ ਔਰਤ ਲੜਾਈ ਝਗੜੇ ਤੋਂ ਇਲਾਵਾ ਹੋਰ ਕਰਦੀ ਕੁਛ ਨਹੀਂ ਲੜਦੀ ਆ ਲੜਦੀ ਆ ਜੀ ਔਰਤ ਉੱਠ ਉੱਠ ਕੇ ਲੜਦੀ ਆ ਔਰਤ ਜਿੱਥੇ ਜਿੱਥੇ ਲੜਦੀ ਆ ਐਡਾ ਐਡਾ ਤਫੜ ਪਾਉਂਦੀ ਆ ਇਹਨੂੰ ਪਤਾ ਹੀ ਨਹੀਂ ਔਰਤ ਲੜਦੀ ਆ ਔਰਤ ਔਰਤ ਦਾ ਲੜਾਈ ਝਗੜੇ ਤੋਂ ਇਲਾਵਾ ਕੰਮ ਕੋਈ ਨਹੀਂ ਇਹ ਪੈਸੇ ਲੈ ਵੀ ਲਵੇ ਤੇ ਫੇਰ ਵੀ ਲੜਦੀ ਆ ਮੈਂ ਖੁਦ ਔਰਤਾਂ ਦੇ ਖਿਲਾਫ ਹੋ ਗਿਆ ਹਾਂ ਇਸ ਔਰਤ ਨੇ ਵੱਡੀਆਂ ਵੱਡੀਆਂ ਭਾਈਆਂ ਦੀ ਟਿੰਡ ਕਰਾਤੀ ਆ ਇਹਦੇ ਚ ਔਰਤ ਨਾ ਪਾਓ ਸਾਡੇ ਤੇ ਬੇਟਾ ਇਹ ਹੋਰ ਕੰਮ ਇਹ ਔਰਤ ਕੋਲੋਂ ਤੁਹਾਨੂੰ ਏਡੀ ਨਫ਼ਰਤ ਹੈ ਤੁਸੀਂ ਸਿਰਫ ਪਿਓ ਚੋਂ ਹੀ ਹੋਏ ਸੋ ਬੇਟਾ ਖੈਰ ਇਹ ਤੇ ਤੂੰ ਚਵਲ ਜੀ ਮਾਰੀ ਆ ਇਹ ਤੇਰਾ ਵਹਿਮ ਹੈ ਬੇਟਾ ਤੇ ਫਿਰ ਕਿਉਂ ਨਫ਼ਰਤ ਹੈ ਤੁਹਾਨੂੰ ਔਰਤ ਕੋਲੋਂ ਨਫ਼ਰਤ ਇਸ ਵਾਸਤੇ ਆ ਬੇਟਾ ਔਰਤ ਜਿਹੜੀ ਆ ਨਾ ਇਹ ਲੜਾਈ ਝਗੜੇ ਤੋਂ ਇਹਨਾਂ ਦਾ ਕੰਮ ਨਹੀਂ ਤਿੰਨ ਕਲਮੇ ਇਹਦੇ ਨਾਲ ਪੜਾ ਲਓ ਫੌਰਨ ਥੱਲੇ ਲਾ ਲੈਂਦੀ ਹੈ ਬੰਦੇ ਛਿੱਤਰ ਪੌਲਾ ਹੋਣਾ ਸ਼ੁਰੂ ਹੋ ਜਾਂਦਾ ਤੇ ਬੰਦਾ ਜਿਹੜਾ ਡਰ ਕੇ ਕਿਧਰੇ ਨਾ ਉਹਨੂੰ ਛੱਡ ਕੇ ਜਾ ਸਕਦਾ ਇਹ ਲੜਾਈ ਝਗੜਾ ਇੱਕ ਹੋਰ ਸੁਣ 100 ਬੰਦਾ ਇੱਕ ਥਾਂ ਤੇ ਰੱਖ ਦਿਓ ਆਹ ਨਹੀਂ ਲੜੇਗਾ ਇੱਕ ਔਰਤ ਛੱਡ ਦਿਓ ਤਮਾਸ਼ਾ ਵੇਖੋ ਫਿਰ ਮੇਰੀ ਗੱਲ ਸੁਣ ਲਾ ਇਸ ਹੱਥੀ ਤੇ ਗਿਰੇ ਬੰਨ ਫੜਨਗੇ ਇੱਕ ਦੂਜੇ ਦੇ ਇਸ ਘਰ ਚ ਤੂੰ ਔਰਤ ਦਾ ਨਾਮ ਲੈਣਾ ਆਪਣੀ ਮਾਂ ਦਾ ਨਾਮ ਨਹੀਂ ਲੈਣਾ ਅਗਰ ਉਹਦਾ ਨਾਮ ਲੈਣਾ ਤੇ ਕੋਈ ਗੋਲ ਮੋਲ ਕਰਕੇ ਲੈਣਾ ਹਾਂ ਹਾਂ ਗੋਲ ਮੋਲ ਕਰਕੇ ਲਿਆ ਉਹਦਾ ਨਾਂ ਤੂੰ ਮਹਾਰਾਜ ਜੀ ਦੱਸ ਦੇ ਲਈ ਜਾ
ਆਇਆ ਤੂੰ ਕਹੀ ਮੈਂ ਜਮੇ ਨੀ ਮੈਂ ਉੱਗ ਗਿਆ ਇਹ ਜਿਹੜਾ ਹੁਣ ਗਿਆ ਸੀ ਇਹਦੀ ਟਾਈਮਿੰਗ ਤੂੰ ਕਿਉਂ ਖਰਾਬ ਕੀਤੀ ਆ ਅੱਛਾ ਜੀ ਮੈਂ ਚੱਲਿਆ 에ਅਰਪੋਰਟ ਤੇ ਉਹ ਗੱਲ ਸੁਣੋ 에ਅਰਪੋਰਟ ਤੇ ਨਾ ਘਬਰਾ ਕੇ ਟੁਰ ਪਿਆ ਕਰ ਮੇਰੀ ਪਹਿਲੇ ਗੱਲ ਸੁਣ ਮੈਂ ਇੱਥੇ ਆਇਆ ਨੌਕਰੀ ਇਸ ਵਾਸਤੇ ਕਰਨ ਜੇ ਮੈਨੂੰ ਇੱਥੇ ਹਰ ਕਿਸਮ ਦੀਆਂ ਮੌਜਾਂ ਹੋਣਗੀਆਂ ਇਹ ਕਿਸ ਕਿਸਮ ਦੇ ਪਾਗਲ ਜਾਂ ਬੁੱਢੇ ਨੇ ਇੱਥੇ ਔਰਤ ਦਾ ਨਾਂ ਨਹੀਂ ਲੈਣਾ ਸੱਕੀ ਮਾਂ ਦਾ ਨਾਂ ਨਹੀਂ ਲੈਣਾ ਬੀਵੀ ਨੂੰ ਨਹੀਂ ਮਿਲਦਾ ਮੈਂ ਤੇ ਆਪਣੀ ਬੀਵੀ ਦੇ ਬਦਤਮੀਜ਼ ਆਦਮੀ ਬੀਵੀ ਦਾ ਨਾਮ ਨਹੀਂ ਲੈਣਾ ਕਿਉਂ ਇੱਥੋਂ ਤਨਖਾਹ ਲਈ ਜਾ ਬੀਵੀ ਨੂੰ ਬਾਗ ਤੋਂ ਉੱਚ ਮਿਲ ਲਿਆ ਕਰ ਅੱਛਾ ਇੱਥੇ ਬਿਲਕੁਲ ਨਹੀਂ ਲੈਣਾ ਮੈਂ ਜੀ ਆਪਣਾ ਉਹ ਰਾਣਾ ਟੁੰਗਾ ਸਾਹਿਬ ਮੈਂ ਸਮਝਾ ਤਾ ਬੱਚੂ ਮੈਂ ਸਮਝ ਗਿਆ ਜੀ ਆਪਣਾ ਕੱਦੂ ਸਾਹਿਬ ਇਹ ਰਾਣਾ ਟੁੰਗਾ ਸਾਹਿਬ ਜੀ ਜੀ ਤੂੰ ਪੁੱਤਰ ਜਾ ਹੁਣ ਖਾਨਾ ਟੁੰਗਾ ਸਾਹਿਬ ਔਰਤ ਤੋਂ ਬਗੈਰ ਜ਼ਿੰਦਗੀ ਗੁਜ਼ਾਰੀ ਆ ਬਾਕੀ ਵੀ ਗੁਜ਼ਾਰ ਦੇਣੀ ਆ ਹੁਣ ਪ੍ਰੈਸ ਵਾਲੇ ਆ ਰਹੇ ਨੇ ਸਾਡੇ ਨੌ ਬੀਬੀਸੀ ਤੋਂ ਸੀਐਨਐਨ ਤੋਂ ਆ ਰਹੇ ਨੇ ਇੰਟਰਵਿਊ ਚੱਲ ਰਹੇ ਨੇ ਬੜੀ ਦੂਰ ਤੱਕ ਫੈਲਿਆ ਪਿਆ ਕਿ ਇਹ ਤਿੰਨ ਬਜ਼ੁਰਗ ਆ ਜਿਹੜੇ ਔਰਤ ਦੇ ਖਿਲਾਫ ਆ ਹਾਂਜੀ ਹੈ ਹਾਂਜੀ ਤੇ ਪੁੱਤਰ ਇੱਥੇ ਆਉਣੇ ਆ ਅਖਬਾਰ ਵਾਲੇ ਸਾਡਾ ਇੰਟਰਵਿਊ ਲੈਣ ਵਾਸਤੇ ਵੈਰੀ ਗੁੱਡ ਉਹਨਾਂ ਨੂੰ ਜਦੋਂ ਇੰਟਰ ਹੋ ਜਾਣ ਨਾ ਉਹਨਾਂ ਨੂੰ ਵਿਊ ਨਾ ਲੈਣ ਦੇਈ ਇੱਥੇ ਦਾ ਠੀਕ ਹੈ ਜੀ ਆਓ ਜੀ ਠੀਕ ਆ ਓਕੇ ਤੇ ਮੇਰਾ ਪੁੱਤਰ ਸਾਡਾ ਹੁਣ ਆਉਣਾ ਸੀਐਨਐਨ ਦੇ ਪ੍ਰੋਗਰਾਮ ਸੀਐਨਐਨ ਚ ਪ੍ਰੋਗਰਾਮ ਆਉਣਾ ਆ ਜਿਹੜਾ ਟੀਵੀ ਆ ਸੀਐਨਐਨ ਸੀਐਨਐਨ ਚ ਅੱਛਾ ਤੇਰੇ ਨਾਲ ਇੱਥੇ ਜੋ ਮਰਜ਼ੀ ਹੋ ਜਾਵੇ ਬੇਟਾ ਅੱਛਾ ਸੀ ਨਾ ਕਰੀ ਤੂੰ ਯਾਰ ਮੈਂ ਕਿੱਥੇ ਨੌਕਰ ਹੋ ਗਿਆ ਮੈਨੂੰ ਕੋਈ ਸਮਝ ਨਹੀਂ ਆਉਂਦੀ ਹੈ ਤਿੰਨ ਬੁੱਢੇ ਨੇ ਔਰਤ ਕੋਲੋਂ ਨਫ਼ਰਤ ਕਰਦੇ ਨੇ ਰਹਿੰਦੇ ਵੀ ਇਕੱਠੇ ਨੇ ਸਮਝ ਨਹੀਂ ਆਉਂਦੀ ਨਹੀਂ ਕੁਛ ਨਹੀਂ ਮਾਸ਼ਾਅੱਲਾ ਖੇਡੀ ਆ ਖੇਡੀ ਆ ਅੱਲਾ ਦੇ ਕੰਮਾਂ ਦਾ ਪਤਾ ਕਿਹੜੀ ਖੇਡ ਚ ਬਰਕਤ ਪੈ ਜਾ ਮਾਸ਼ਾਅੱਲਾ ਇਹ ਤੇ ਪਿੱਛੋਂ ਹੀ ਗਿੱਜੀ ਆਈ ਹੈ ਛੱਡ ਦਿਓ ਮੇਰੇ ਹੱਥ ਹੱਥ ਛੱਡ ਦਿਓ ਤੁਹਾਨੂੰ ਨਹੀਂ ਪਤਾ ਮੈਂ ਬਸ ਇੰਨੀ ਜੋ ਗਈ ਜੇ ਐਵੇਂ ਨਹੀਂ ਕਿਸੇ ਦਾ ਹੱਥ ਫੜੀ ਤਾਂ ਫਿਰ ਅਗਲਾ ਆਦੀ ਹੋ ਜਾਂਦਾ ਹਾਂਜੀ ਮਾਸ਼ਾਅੱਲਾ ਤੁਸੀਂ ਕਿੱਡੇ ਸੋਹਣੇ ਹੋ ਮੈਂ ਐਡੀਆਂ ਮੋਟੀਆਂ ਮੋਟੀਆਂ ਅੱਖਾਂ ਨੇ ਅੱਛਾ ਮੈਨੂੰ ਦੇ ਦਿਓ ਕਿਉਂ ਮੈਂ ਪਿੰਡ ਆਪਣੀ ਮੱਝ ਨੂੰ ਲਾਉਣੀਆਂ ਨੇ ਪਿਛਲੇ ਕਿੰਨਾ ਸਾਲਾਂ ਤੋਂ ਮਾਂ ਨਾ ਕੱਟੇ ਅੰਨੇ ਅੰਨੇ ਦੇਣ ਦੇ ਉਹ ਢੱਗੇ ਨੂੰ ਸ਼ਰਮ ਨਹੀਂ ਆਉਂਦੀ ਪੈਲੀਆਂ ਤੇ ਐਨਕ ਲਾ ਕੇ ਲਗਾ ਫਿਰਦਾ ਜਗ ਬੀਤੀ ਏ ਤੇ ਨਾ ਹੀ ਆਪ ਬੀਤੀ ਏ ਜਿਹਨੂੰ ਮਰਦੀ ਪੁੱਛ ਲੋ ਹਰ ਹਰ ਬੀਤੀ ਆ ਉਂਝ ਨਾਲ ਬੈਠੇ ਨੀ ਦੱਸਦੇ ਵਿੱਚੋਂ ਅੱਕੇ ਹੁੰਦੇ ਸ਼ਾਦੀ ਹੋ ਜਾਣੀ ਹੈ ਕਿਉਂਕਿ ਮੇਰੀ ਮਾਂ ਨੇ ਖਤ ਪਾਇਆ ਕਿ ਹੁਣੇ ਹੁਣੇ ਵਿਆਹ ਕਰ ਲਿਆ ਫਿਰ ਅੱਗੋ ਬਾਰਿਸ਼ਾਂ ਪੈਣ ਵਾਲੀਆਂ ਯੇ ਬਾਰਿਸ਼ੋਂ ਮੇ ਸ਼ਾਦੀ ਨਹੀਂ ਹੋਤੀ ਕਿਆ ਨਹੀਂ ਬਾਰਿਸ਼ਾਂ ਚ ਬਾਈਦਾ ਹੋਇਆ ਸੀ ਨਾ ਤਾਈਓ ਗਡੋਏ ਆਏ ਨੇ ਅਸੀਂ ਕਹਿੰਦੇ ਆ ਤੂੰ ਪੰਜ ਵਿਆਹ ਕਰਾਂਗੇ ਤੂੰ ਪੰਜ ਗਰਮੀ ਮੇ ਗਰਮੀ ਚ ਸਿੱਧੀ ਜਾ ਕੇ ਹਨੀਮੂਨ ਮਨਾਵਾਂਗੇ ਮੇਰਾ ਦਿਲ ਕਰਦਾ ਵਿੱਚ ਬਹਿ ਕੇ ਝੂਟੇ ਲਵਾਂ ਮਾਸ਼ਾਅੱਲਾ ਪੜ੍ਹੇ ਲਿਖੇ ਹਾਂ ਤੇ ਮੈਂ ਵੀ ਪੜ੍ਹਿਆ ਲਿਖੇ ਅੱਲਾ ਦੀ ਮਿਹਰਬਾਨੀ ਸ਼ਹਿਜ਼ਾਦੀ ਅਰਸੇ ਕੀਤਾ ਹਾਂ ਤਿੰਨ ਵਾਰੀ ਚੌਥੀ ਚ ਦਾਖਲ ਹੋਇਆ ਤਿੰਨ ਚੌਕੇ ਬਾਰਾਂ ਨਾ ਹੋਏ ਨਾਲੇ ਮੇਰੀ ਮਾਂ ਨੇ ਮੈਨੂੰ ਬਚਪਨ ਚ ਕਹਿ ਦਿੱਤਾ ਸੀ ਮੇਰਾ ਬੀ ਏ ਪੁੱਤਰ ਮੇਰਾ ਐਫ ਏ ਪੁੱਤਰ ਮੈਂ ਹੁਣ ਜ਼ਿਆਦਾ ਪੜ੍ਹ ਕੇ ਮਾਂ ਨੂੰ ਝੂਠਾ ਕਰਾਉਂਦਾ ਉਹ ਕਾਮਰਾਨ ਵੀ ਭੇਜ ਦੇਣੇ ਲੇਕਿਨ ਮੈਂ ਨੀ ਜਾਣਦਾ ਕਾਮਰਾਨ ਕੌਣ ਏ ਕਾਮਰਾਨ ਰਾਣਾ ਇਲਾਹੀ ਬਖਸ਼ ਦਾ ਇਕਲੌਤਾ ਭਾਂਜਾ ਇਸ
ساری جائیداد کا اکلوتا وارث او بی بی میں کوئی نہیں جاندا ایویں منو ادھا گھنٹہ ہو گیا تو گلاں چلا لیا تینوں پتہ نہیں گئے تھے جڑے تین بڈھے نے او میری شامت لے اندے نے انہاں نے منع کیتا ہویا کہ عورت دا نام نہیں لینا بلکہ ایتھوں تک کہ رات نو اکھا کڈ کے سوندے نے وہ کیوں تے کدے خات ہی نہ عورت آ جائے مطلب کی ہے ڈب کے مار جاؤ میں منا لیا جی دھوکا دھوکا کوئی نہیں اسی پاکستانی ہاں کام بنے نہ بنے ٹرائیاں جاری رکھو آدھے جانے رہنا میں ہی ہونا اتنے ماشاء اللہ چلو دل سے لگ گیا نا تنہا لو جی اپنی زندگی چ سپ کا مجرا پہلی باری ویکھیا اوے انگریزی میوزک بند کر یا میری تکلیف ہٹا کون ہے تو بھائی تم کون ہے سدمائی باندریے او بھائی میں بندہ وا ہوں بندہ ہے تینوں ویکھ کے تے لگدا سلما کنو ٹائیفائڈ ہو گیا او یار میں بندہ وا کیڑے پاسے تو بندہ ہے او بندہ ہی ہے ہن تینوں ایتھے یقین دے دیاں اکھاں ناک کان زبان او کتھوں اے وی کانا لگا ہے ادھر وی کانا ادھر وی کانا اے چک کنے بنی ہے تینوں بندہ نہیں لگدا نہیں تسی کتے ہور ویاہ دیو یار میرے کیوں پیش پی گیا میں نوکر ہاں اتھوں دا تینوں کدوں رکھیا تھے نوکر مینوں اپنا جڑے تین بڈھے نہیں گئے تے کھلے چھڈے نے تسی اوے آہو انہاں دے وچ ایک بڑا اپنا دور دے سر ورگا وی ہے گنجا گیا انہاں رکھیا ایتھے نوکر مینوں مینوں تے پتہ ہی نہیں چلیا تینوں کیویں رکھتا انہاں نے نہیں نہیں مینوں انہاں رکھیا تنہا نہیں ہلے دسی انہاں اچھا انہاں کہ مہینے دے مہینے بیسٹ کر لیا کر کام دسیا انہاں نے کام وی ہلے کوئی نہیں دسیا بس اے کہیا بھی ایتھے عورت ہو جائے او جڑے تینوں بابے نے نا بڑا مشکل جیا کام لیندے نے کوئی گل نہیں اہی وی کر جائیں گے انشاءاللہ گل میری تو ایتھے کی کرنا میں لالے ادین دا چھوٹا بھرا ہے اس گھر دا مالک ہاں کوئی لالے ادین دا چھوٹا بھرا ہے جی میری جان پھر تا میرا باس میرا صاحب ہویا نا میں معافی چاہنا جی میرے کو تھوڑی جی بدتمیزی ہو گئی اچھا صاحب جی یہ دسو تسی کام کی کردے ہو میں میری جان سنگر ہاں پاپی سنگر پاپی سنگر تو کی پیو مار کے گاؤن دے ہاں اے تے کسے نے پاپ کیتا ہے نا میں پاپی سنگر ہوں او کیڑا پاپی سی اچھا سمجھ گیا جی او یا جڑا ڈسکو سنگر ہے جی ہاں آ ڈسکو گانا جی او یا گلاواں اے اس ڈسکو دور نو میں کیوں آ جڑا تسی گانا لے پھر دیو بیڑا تا گیا پتہ نہیں دنیا نو کی ہو گیا جتے خون دا گروپ نہیں اونے نہیں میوزک دا بنا لیا یہ گل سن میری اس طرح کر مینوں اے دس پئیے جڑا تہاڈا ڈسکو ٹائپ دا گانا ہے اے دے وچ کوئی چار پیسے وی لب دیا کہ نہیں میری جان پیسہ تے ہلے ہی ساڈے گانے چ اچھا ہاں جی تے پھر یار نوکری تو پارٹ ٹائم ممی تھوڑا بہت گا وجا لینا مینوں گالیا کرے گا مینوں وی لے چلیا کرو چلو ٹھیک ہے اج تو بعد تو میرے نال فنکشن تے جایا کر اوکے تے پیچھے جڑیاں والا نہیں ہوندیاں ہا ہی کورس والیاں والا آہو آہو او میری جان تو کڈیاں نے بے فکر رہو تو باجا مینوں بڑیاں ہوندیاں آندیاں نے ذرا کڈے نا اک وار او کڈاں گے وقت آئے گا اچھا نکل جاندی ہے نا ہاں چلو اچھا گل سن میری ہاں چلنے ہوں میں چلنا میرا خیال رکھنا بالکل ٹھیک ہے لالے عدیم نو میرا دس دیں اچھا میں فنکشن تے چلنا نالے گال سن ہاں مچھا رکھ لے کیوں ملاو ہو جائے گال سن ہاں جی تم بھی پچھلے کمرے چ نہ جائیں کیوں کڑکی لگی ہوں تاری کڑکی بھائی جتھے مریض آ جھڑ دے ہو پریس والے نے آنا سی میرا خیال ہے آ گئے آ جی تشریف لے ماشاءاللہ کی حال ہے جی ٹھیک ٹھاک تشریف لیاؤ جی اوئے ماں صدکے جائی اوئے پاٹی چوک جی دا منہ ہے تھوڑا جا اگے جا تے تیرا محلہ ہے چلو پہلے توں تے مینوں تعارف کراؤ ادھیا سنتریا توں کون ہے مینوں اے دس ویسے تے میں رپورٹر ہاں توں بھاویں پیو پیو کہہ لے اللہ میں صدقے جانا ایڈا قد نہیں جڈے شوق سوچے نے اچھا قد نو ویکھا شوق کوئی نہ رکھا ہوئے او تو کی کر سکنا دنیا تے تینوں کا دا شوق ہے حیا کر اپنا قد ویکھ اج پیو مر جائے تو جنازے نو کندھا نہیں دے سکدا نہ تیرے ورگے تین ہونے نے نہ مردا جانا ہے کھانا خرابا سمجھ نہیں آتی تینوں کا دی چھیتی سی ایڈا ہی آ گیا ہے ہاں میں تینوں مارا ضرور جے پاوڑی لب جائے تے لوگ کہنے کہنے ہڈے منہ تینوں کوئی بندہ نہیں لبیا لڑن نو تیلا توڑ چھڑے
ਤੇ ਮਨਵੀ ਤੇ ਲੋਕਾਂ ਨੇ ਕਹਿਣਾ ਨਾ ਕੋ ਹਯਾ ਕਰ ਚੰਗਾ ਭਲਾ ਜਵਾਨ ਹੋ ਕੇ ਇੱਟ ਨਾਲ ਮੱਥਾ ਲਾਇਆ ਈ ਆਹੋ ਇੱਟ ਕੁੱਤੇ ਦਾ ਵੈਰ ਏ ਆਹੋ ਉਧਰ ਹੋਇਆ ਲਾ ਕਰ ਛੱਡਿਆ ਹੁਣ ਭਾਵੇਂ ਲਿਖਿਆ ਵੀ ਨਾ ਜਾਏ ਲਿਖਣਾ ਕਿਹੜੀ ਕਿਤਾਬ ਤੇ ਵਹਾਏ ਨਾ ਹੋਏ ਤੈਨੂੰ ਤੇ ਮੈਂ ਚੁੱਤੀ ਤੇ ਨਹੀਂ ਲਿਖਦਾ ਹੋਏ ਭਾਈ ਉਹ ਤੇ ਤੇਰੇ ਵਰਗੀਆਂ ਚੌਂਕੀਆਂ ਥੱਲੇ ਰੱਖ ਕੇ ਨਹਾਈਦਾ ਬਤਮੀਆ ਤੈਨੂੰ ਮੈਂ ਮਾਰਾਂ ਦੋ ਚਾਰ ਪਰ ਮੇਰਾ ਦਿਮਾਗ ਪਾਗਲ ਹੈ ਕਿ ਮੈਂ ਚਿੱਕੜ ਜਾ ਹੱਥ ਮਾਰਾਂ ਉਹ ਮਾਰੇਗਾ ਕਾਹਦੇ ਨਾਲ ਲਾਂਤੀਆ ਤੇਰਾ ਤੇ ਆਪਣਾ ਹੱਥ ਤੇਰੇ ਕੰਨ ਤੱਕ ਨਹੀਂ ਆਉਂਦਾ ਤੂੰ ਤੇ ਕੰਨ ਖੁਰਕਣਾ ਹੋਵੇ ਨਾਲ ਕਿਸੇ ਨੂੰ ਕਹਿੰਦਾ ਭਾਰੀ ਇੱਥੇ ਖੁਰਕਣਾ ਜਰਾ ਮੈਨੂੰ ਬਾਰ ਬਾਰ ਲਾਂਤੀ ਕਹਿੰਦਾ ਤੈਨੂੰ ਤਾਜ ਕੰਪਨੀ ਨੇ ਬਣਾਇਆ ਚੁੱਪ ਕਰਕੇ ਬਹਿ ਜਾ ਓਏ ਦੱਸੋ ਇਹਦੇ ਤੋਂ ਆਵਾਜ਼ ਕਿੱਥੋਂ ਆਉਂਦੀ ਹੈ ਓਏ ਹੈ ਇਹਦੀ ਆਵਾਜ਼ ਉਸ ਕੋਈ ਨਹੀਂ ਆਉਂਦੀ ਪਾਗਲ ਨਾ ਹੋਵੇ ਤੇ ਲੈ ਮੈਨੂੰ ਪਾਗਲ ਕਹਿੰਦੇ ਤੂੰ ਕਿਤਾਬ ਲਿਖੀ ਓਏ ਤੂੰ ਹੈਗਾ ਸਾਫੀ ਹੈ ਨਾ ਸਾਫੀ ਆ ਅੱਲਾ ਜਾਣੇ ਕਿਹੜੀ ਖਬਰ ਲਾ ਬੈਠਾ ਜਿਹਦਾ ਆਹ ਨਤੀਜਾ ਹੈ ਓਏ ਆ ਫੜਾ ਆ ਵੇਖ ਓਏ ਤੁਹਾਡੇ ਵੱਲ ਖੱਪ ਪੈ ਗਈ ਮੈਂ ਕਿਹਾ ਲਾ ਦਿਓ ਐ ਵੇਖ ਲੋਕੀ ਲਿਖਦੇ ਨੇ ਕਾਪੀਆਂ ਤੇ ਉਹ ਪਿਓ ਦੀ ਪਰਚੂਨ ਵਾਲੀ ਹੱਟੀ ਤੋਂ ਕਾਪੀ ਲੈ ਆਇਆ ਇਹਦੇ ਤੇ ਆ ਮੈਂ ਕਿਹਾ ਜਿਹੋ ਜਿਹਾ ਬੰਦਾ ਉਹ ਜੀ ਰਿਪੋਰਟ ਚੱਲਦੇ ਹੋ ਮੇਰਾ ਇੰਟਰਵਿਊ ਲਵੋ ਫਟਾਫਟ ਮੈਂ ਵੇਲਾ ਨਹੀਂ ਹੈਗਾ ਨਾ ਕੀ ਹੈ ਜੀ ਨਾ ਮੇਰਾ ਬਰਕਤ ਬਰਕਤ ਪਿਓ ਦਾ ਨਾਂ ਹਰਕਤ ਵੈਸੇ ਯਾਰ ਮੈਨੂੰ ਪਿਓ ਤੋਂ ਯਾਦ ਆਇਆ ਮੈਨੂੰ ਇਹਦੇ ਪਿਓ ਨਾ ਮਿਲਾਓ ਮੈਂ ਸਮਝਦਾ ਸਾਂ ਦੁਨੀਆ 'ਚ ਸਭ ਤੋਂ ਬੁਰਾ ਮੈਂ ਹੀ ਹਾਂ ਪਰ ਤੈਨੂੰ ਵੇਖ ਕੇ ਮੈਨੂੰ ਹੌਸਲਾ ਹੋਇਆ ਹੀ ਓਏ ਔਰ ਸਾਨੂੰ ਤੇ ਇਸ ਗੱਲ ਦੀ ਖੁਸ਼ੀ ਹੈ ਭਾਵੇਂ ਤੂੰ ਕੁਝ ਵੀ ਹੈ ਲਾਨਤ ਪਾਓ ਲੇਕਿਨ ਚੀਜ਼ਾਂ ਪੂਰੀਆਂ ਤੇਰੀਆਂ ਬੋਲਣਾ ਵੀ ਹੈ ਸਾਰੇ ਕੰਮ ਕਰਨਾ ਬਹਿ ਵੀ ਜਾਣਾ ਟੁਰਨਾ ਫਿਰਨਾ ਵੀ ਹੈ ਤੁਸੀਂ ਰਿਸ਼ਤਾ ਦਿਓ ਫਿਰ ਮੈਂ ਸਹੁਰਿਆਂ ਅੱਗੇ ਨਹੀਂ ਬੋਲਦਾ ਮੈਂ ਚੁੱਪ ਰਹਾਂਗਾ ਰਿਸ਼ਤਾ ਤੈਨੂੰ ਦਿਆਂਗੇ ਮਗਰ ਥੋੜਾ ਥੋੜਾ ਕਰਕੇ ਦਿਆਂਗੇ ਹਾਂ ਅੱਛਾ ਜੀ ਰਹਿੰਦੇ ਕਿੱਥੇ ਹੋ ਜਿੱਥੇ ਗੱਲ ਕਰੋ ਰਹਿ ਜਾਂਦੇ ਆ ਜੀ ਤਨਖਾਹ ਕਿੰਨੀ ਜੇ ਤਨਖਾਹ ਤਾਂ ਕੋਈ ਨਹੀਂ ਲੈਂਦਾ ਕਿਉਂ ਬਾਅਦ ਸਾਲ ਬਾਅਦ ਬਿਸਤੀ ਕਰਾ ਲੈਂਦੇ ਇੱਥੋਂ ਦੇ ਮਾਲਕ ਵੈਸੇ ਯਾਰ ਮੈਂ ਹੈਰਾਨ ਹਾਂ ਤੇਰੇ ਤੇ ਤੇਰਾ ਫੈਸ਼ਨ ਬਹੁਤ ਅੱਛਾ ਬਈ ਕੀ 600 ਦੀ ਜੁੱਤੀ ਹੈ ਟਗੇ ਦਾ ਮੂੰਹ ਨਹੀਂ ਇਹ ਬੜੀ ਨਵੀਂ ਜੁੱਤੀ ਪਾਈ ਜੀ ਤੁਸੀਂ ਓ ਸ਼ਹਿਜ਼ਾਦੇ ਅੱਜ ਨਮਾਜ਼ ਪੜ੍ਹੀ ਹੈ ਓ ਤੇਰਾ ਭਲਾ ਹੋ ਜੇ ਤੂੰ ਤੇ ਗੁਜਰਾਤੀਆਂ ਓਏ ਤੇ ਫਿਰ ਹੁਣ ਤੱਕ ਤੇ ਮੈਨੂੰ ਨੰਗੇ ਪੈਰ ਹੀ ਹੋਣਾ ਚਾਹੀਦਾ ਚੱਲ ਉੱਧਰ ਹੋ ਜਿਹਦੀ ਕਮੀਜ਼ ਲੈ ਕੇ ਆਏ ਉਹ ਦੇ ਦੇ ਵਾਪਸ ਚੁੱਪ ਕਰ ਜਾ ਮੈਂ ਤੇਰੇ ਨਾਲ ਨਹੀਂ ਕਰਕੇ 6-7 ਵਾਰੀ ਕਰ ਛੱਡਣਾ ਸਮਝਿਆ ਚੁੱਪ ਕਰਕੇ ਬਹਿ ਜਾ ਹਾਂ ਜੀ ਪਰਫਿਊਮ ਕਿਹੜਾ ਇਸਤੇਮਾਲ ਕਰਦੇ ਹੋ ਕੌੜਾ ਤੇਲ ਸੌਂਦੇ ਕਿੱਥੇ ਹੋ ਘਾਹ ਤੇ ਓਏ ਆਹੋ ਘਾਹ ਦਾ ਕੀੜਾ ਉੱਥੇ ਹੀ ਸੋਏਗਾ ਉਹ ਤੇਰੇ ਵਰਗੇ ਤੇ ਪਰਾਲੀ ਥੱਲੇ ਪਏ ਹੁੰਦੇ ਨੇ ਪਰਾਲੀ ਥੱਲੇ ਮੈਨੂੰ ਦੇਖੀ ਨਾ ਗੁੱਸਾ ਆਈ ਗੁੱਸਾ ਆਇਆ ਹੀ ਬਹੁਤ ਗੁੱਸਾ ਆਇਆ ਮੈਨੂੰ ਉੱਥੇ ਹੋ ਕੇ ਕਰ ਰਿਹਾ ਹਾਂਜੀ ਤੁਸੀਂ ਇੱਥੇ ਕੀ ਕਰਦੇ ਹੋ ਇੱਥੇ ਜੀ ਜੋ ਲੱਭੇ ਕਰ ਜਾਂਦਾ ਮੈਂ ਫੇਰ ਵੀ ਇੱਥੇ ਮੈਂ ਆ ਗਿੱਠੀਆਂ ਬੱਕਰੀਆਂ ਕਰਨਾ ਜੀ ਮੁਲਾਜ਼ਮਤ ਮੁਲਾਜ਼ਮਤ ਤੇ ਅਸੀਂ ਤੇ ਰਾਣਾ ਸਾਹਿਬ ਨੂੰ ਮਿਲਣ ਆਏ ਆ ਤੇ ਤੁਸੀਂ ਰਾਣਾ ਸਾਹਿਬ ਨੂੰ ਮਿਲਣ ਆਇਓ ਆਹੋ ਤੇ ਡੁੱਬ ਕੇ ਮਰ ਜਾਓ ਵਕਤ ਮੇਰੇ ਤੇ ਦਾਇਆ ਕਰਨ ਡਿਓ ਮੈਂ ਤੇ ਨੌਕਰ ਹਾਂ ਤੁਸੀਂ ਰਾਣਾ ਸਾਹਿਬ ਸਮਝਿਆ ਪਾਗਲਾ ਅਸੀਂ ਪਾਕਿਸਤਾਨੀ ਨਹੀਂ ਇੱਕ ਬੰਦਾ ਖੰਭਾ ਠੀਕ ਕਰ ਰਿਹਾ ਹੁੰਦਾ ਤੇ 10 ਥੱਲੇ ਖਲੋਤੇ ਹੁੰਦੇ ਨੇ ਅਸੀਂ ਵੀ ਉਹਨਾਂ ਦੀ ਮਿਸਾਲ ਸੱਚੀ ਕੀਤੀ ਉਹ ਤੂੰ ਪਾਕਿਸਤਾਨੀ ਨਾ ਰੂੜੀ ਤੇ ਰਹਿ ਗਏ ਅਸੀਂ ਤੂੰ ਪਾਕਿਸਤਾਨੀ ਨਾ ਕਿਆ ਕਰ ਦੂਜੇ ਮੁਲਕਾਂ 'ਚ ਜਾਂਦੇ ਆ ਤੇਰਾ ਹਿਸਾਬ ਮੰਗਦੇ ਨੇ ਕਿ ਬਾਕੀ ਦਾ ਕਿੱਥੇ ਜੇ ਪਾਗਲ ਖਾਨੇ ਆ ਰਾਣਾ ਸਾਹਿਬ ਬੁਲਾਓ ਜੀ ਰਾਣਾ ਸਾਹਿਬ ਰਾਣਾ ਪ੍ਰੈਜ਼ੀਡੈਂਟ ਬਾਹਰ ਆਓ ਜੀ ਆਪਣਾ ਅਖਬਾਰ ਦੇ ਅਖਬਾਰ ਦੇ ਸਾਫੀ ਆਇਆ ਆਪਣਾ ਤੁਹਾਡੇ ਕੋਲ ਇੰਟਰਵਿਊ ਲੈਣ ਫੋਨ ਆ ਗਿਆ ਬਈ ਕਿਹੜਾ ਟੈਲੀਫੋਨ ਨੰਬਰ ਵਾਲੇ ਆ ਗਏ ਮੁੰਡੇ ਆਹੋ ਜੀ ਹਾਂਜੀ ਓਏ ਮੇਰਾ ਰੱਬਾ ਸਾਡੇ ਘਰ ਗਿੱਠੀ ਬੱਕਰੀ ਆਈ ਲਓ ਬਈ ਮੈਂ ਗਿੱਠੀਆਂ ਬੱਕਰੀਆਂ ਰੱਖੀਆਂ ਇਹੋ ਜਿਹੀਆਂ ਬੱਕਰੀਆਂ ਮੈਂ ਰੱਖੀਆਂ ਬੱਚੇ ਜ਼ਿਆਦਾ ਦਿੰਦੀਆਂ ਦੁੱਧ ਘੱਟ ਦਿੰਦੀਆਂ ਮੈਨੂੰ ਉਹ ਘਮਿਆਰ ਨਾ ਮਿਲਾਓ ਜਿੰਨੇ ਲੋਟਾ ਬਣਾ ਛੱਡਿਆ ਟੂਟੀ ਲਾਈ ਨਹੀਂ ਪੁੱਤਰੋ ਘਮਿਆਰ ਨੇ ਲੋਟਾ ਤੇ ਟੂਟੀ ਇਕੱਠੇ ਬਣਾਏ ਸਨ ਟੂਟੀ ਫਿਰ ਲਹਿਦਾ ਉੱਠ ਕੇ ਤੁਰ ਪਈ ਤੂੰ ਸ਼ੈਤਾਨ ਦੀ ਟੂਟੀ ਹੈ ਫਿਰ ਮੈਂ ਤੁਹਾਨੂੰ ਵੈਸੇ ਤੁਹਾਡੇ ਮੂੰਹ ਦੀ ਤਾਰੀਫ ਨਹੀਂ ਹੈਗੇ ਲਾਂਤੀ ਹੋ ਮੇਰਾ ਦਿਲ ਕਰਦਾ 5-7 ਇਹਦੇ ਜੁੱਤੀਆਂ ਮਾਰਾਂ
तेरा दिल करता ना बेटा हाँ। दिल तो साडा भी करता हाँ। मगर नहीं अग्या हाँ। पुत्र तू साफ ही है हाँ। जे तू जो साफ ही है एडा हाँ। ते अखबार ते मैं तुहाडा एडा की छापदा होना ना और नहीं ऐसी कोई गल नहीं हाँ। और जंतरिया का साफ ही है थले नू जवान हुंदा जांदा।